ਜੂਲੀਅਸ ਫਿਊਚਰਕ ਦਾ ਨੋਵਲ ਫਾਂਸੀ ਦੇ ਤਖਤੇ ਤੋਂ ਚੌਥਾ ਕਾਂਡ ਚੱਲ ਰਿਹਾ ਹੈ ਇਹ ਵੀ ਉਸੇ ਇਮਾਰਤ ਵਿੱਚ ਐਂਜਲੀਨੇਕਾ ਦੇ ਨਾਲ ਹੀ ਰਹਿੰਦੇ ਸਨ ਵਿਸੁਸ਼ੀਲ ਜੋੜਾ ਉਹਨਾਂ ਦਾ ਨਾਮ ਵੀ ਜੋਸਫ ਤੇ ਮਰੀਏ ਸੀ ਇੱਕ ਛੋਟੇ ਜਿਹੇ ਅਫਸਰ ਦਾ ਟੱਬਰ ਆਪਣੇ ਗਵੰਡੀਆਂ ਨਾਲ ਉਮਰ ਵਿੱਚ ਜ਼ਰਾ ਵਡੇਰੇ ਜੋਸਫ ਉਹਦੋਂ ਨਿਊਸਲ ਤੋਂ ਆਇਆ 17 ਬਰਿਆਂ ਦਾ ਲੰਮਾ ਪਤਲਾ ਗਬਰੂ ਸੀ ਜਦੋਂ ਉਹਨਾਂ ਉਹਨੂੰ ਜਬਰੀ ਭਰਤੀ ਕਰਕੇ ਪਹਿਲੀ ਸੰਸਾਰ ਜੰਗ 'ਚ ਧੱਕ ਦਿੱਤਾ ਕੁਝ ਹਫ਼ਤੇ ਪਿਛੋਂ ਹੀ ਉਹਨੂੰ ਭੱਜੇ ਹੋਏ ਗੋਡੇ ਨਾਲ ਵਾਪਸ ਲੈ ਆਏ ਜੋ ਕਦੇ ਵੀ ਪੂਰੀ ਤਰ੍ਹਾਂ ਠੀਕ ਨਾ ਹੋ ਸਕਿਆ ਉਹ ਦੋਵੇਂ ਪਹਿਲੀ ਵਾਰ ਬਰਨੋ ਦੇ ਹਸਪਤਾਲ 'ਚ ਮਿਲੇ ਜਿੱਥੇ ਮਾਰੀਏ ਨਰਸ ਸੀ ਉਮਰ ਚੋਤੋਂ 8 ਸਾਲ ਵੱਡੀ ਸੀ ਤੇ ਪਹਿਲਾਂ ਵਿਆਹੀ ਹੋਈ ਸੀ ਤੇ ਮਜਬੂਰ ਹੋ ਕੇ ਪਹਿਲਾ ਪਤੀ ਛੱਡਿਆ ਹੋਇਆ ਸੀ ਫਿਰ ਇਹ ਲੰਮਾ ਜਿਹਾ ਰੇਲਵੇ ਦਾ ਕਲਰਕ ਤੇ ਉਹ ਔਰਤ ਸ਼ਾਇਦ ਅਜੇ ਰਿਸ਼ਤੇ 'ਚ ਵੱਜ ਗਏ ਜੋ ਆਮ ਤੌਰ ਤੇ ਵਰਜਿਤ ਹੁੰਦਾ ਹੈ। ਮੇਰੇ ਪਿੱਛੋਂ ਛੇਤੀ ਫੜਿਆ ਗਿਆ ਸੀ ਤੇ ਪਹਿਲੀ ਵਾਰ ਉਹਨੂੰ ਉੱਥੇ ਵੇਖ ਕੇ ਮੈਨੂੰ ਬਹੁਤ ਪਰੇਸ਼ਾਨੀ ਹੋਈ ਸੀ। ਜੇ ਉਹਨੇ ਕੁਝ ਦੱਸ ਦਿੱਤਾ ਤਾਂ ਕਿੰਨਾ ਨੁਕਸਾਨ ਹੋਏਗਾ ਪਰ ਉਹਨੇ ਦੱਸਿਆ ਕੁਝ ਨਾ। ਉਹਨੂੰ ਇੱਥੇ ਇਸ ਕਰਕੇ ਲਿਆਂਦਾ ਗਿਆ ਸੀ ਕਿਉਂਕਿ ਉਹਨੇ ਕੁਝ ਰਾਜਸੀ ਪਰਚੇ ਇੱਕ ਸਾਥੀ ਨੂੰ ਪੜਨ ਲਈ ਦਿੱਤੇ ਸਨ। ਪਰ ਪਰਚਿਆਂ ਤੋਂ ਅੱਗੇ ਉਹਨੇ ਕੁਝ ਨਾ ਦੱਸਿਆ। ਕੁਝ ਦਿਨ ਪਹਿਲਾਂ ਪੋਕੋਰੋਨੀ ਤੇ ਪਿਕਸੋਵਾ ਕੋਲੋਂ ਲਾਪਰਵਾਹੀ ਨਾਲ ਇਹ ਜ਼ਾਹਰ ਹੋ ਗਿਆ ਸੀ ਕਿ ਹੁਣ ਜਾਂ ਚੇਰਨੀ ਸ਼੍ਰੀਮਤੀ ਵਿਸੁਸ਼ੀਲ ਦੀ ਭੈਣ ਦੇ ਘਰ ਰਹਿੰਦਾ ਹੁੰਦਾ ਸੀ ਇਸੇ ਕਰਕੇ ਉਹਨਾਂ ਮੇਰੇ ਫੜੇ ਜਾਣ ਤੋਂ ਦੋ ਦਿਨ ਪਿਛੋਂ ਜੋਸਫ ਵਿਸੁਸ਼ੀਲ ਦੀ ਜਾਂਚ ਪੜਤਾਲ ਕੀਤੀ ਤੇ ਸਾਡੀ ਕੇਂਦਰੀ ਕਮੇਟੀ ਦੇ ਆਖਰੀ ਆਜ਼ਾਦ ਆਗੂ ਦਾਥੋਂ ਪਤਾ ਲਾਉਣ ਲਈ ਉਹਨੂੰ ਬੁਰੀ ਤਰ੍ਹਾਂ ਕੁੱਟਿਆ ਤੀਸਰੇ ਦਿਨ ਉਹ ਨੰਬਰ 400 ਚ ਆ ਕੇ ਬੜਾ ਚੱਕੰਨਾ ਹੋ ਕੇ ਬਹਿ ਗਿਆ ਅੱਲੇ ਜ਼ਖਮਾਂ ਨਾਲ ਬੈੰਦੀਆਂ ਕਿੰਨੀ ਪੀੜ ਹੁੰਦੀ ਹੈ ਮੈਂ ਉਸ ਵਲ ਸ਼ਾਬਾਸ਼ ਤੇ ਚਿੰਤਾ ਦੇ ਮਿਲੇ ਜੁਲੇ ਭਾਵਾਂ ਨਾਲ ਤੱਕਿਆ ਉਹਨੇ ਸਿੱਧੇ ਸਾਦੇ ਆਪਣੀ ਨਿਊਸਲ ਮਤਲਬ ਵਤਨੀ ਅੰਦਾਜ਼ ਚ ਜਵਾਬ ਦਿੱਤਾ ਮੈਂ ਜਦੋਂ ਕੁਝ ਮੰਨਣਾ ਹੀ ਨਹੀਂ ਚਾਹੁੰਦਾ ਉਹ ਬੇਸ਼ੱਕ ਜਿੰਨਾ ਮਰਜ਼ੀ ਕੁਟਾਪਾ ਮੈਨੂੰ ਛਾੜ ਲੈਣ ਉਹਨਾਂ ਨੂੰ ਕੱਖ ਨਹੀਂ ਲੱਭਣਾ ਮੈਂ ਉਸ ਜੋੜੇ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਉਹ ਇੱਕ ਦੂਸਰੇ ਨੂੰ ਬਹੁਤ ਪਿਆਰ ਕਰਦੇ ਸਨ ਤੇ ਕਦੇ ਕਤਾਈ ਇੱਕ ਦੋ ਦਿਨਾਂ ਦੇ ਵਿਛੋੜੇ ਤੇ ਵੀ ਬਹੁਤ ਉਦਾਸ ਉਦਾਸ ਦਿਸਣ ਲੱਗ ਪੈਂਦੇ ਸਨ ਮਹੀਨੇ ਬੀਤ ਗਏ ਮਿਖਲ ਵਿਖੇ ਉਹਦੇ ਸੋਹਣੇ ਘਰ ਅੰਦਰ ਉਹਦੀ ਬੋਟੀ ਦਾ ਕੀ ਹਾਲ ਹੋਏਗਾ ਇਹ ਉਮਰ ਚ ਕੱਲੀ ਜਦੋਂ ਇੱਕ ਕੱਲ ਮੌਤ ਤੋਂ ਵੀ ਤਿੰਨ ਗੁਣਾ ਭੈੜੀ ਹੁੰਦੀ ਹੈ ਆਪਣੇ ਪਤੀ ਨੂੰ ਮੜੋ ਸੁਪਨਕਰਾਂ ਚ ਘਰ ਵਿੱਚ ਲਿਆਉਣ ਲਈ ਉਹਨੇ ਕਿੰਨੀਆਂ ਤਦਬੀਰਾਂ ਘੜੀਆਂ ਹੋਣਗੀਆਂ ਜਿਵੇਂ ਕਿ ਉਹ ਇੱਕ ਦੂਸਰੇ ਨੂੰ ਮਖਾਲ ਨਾਲੰਮੀ ਤੇ ਬਾਪੂ ਕਹਿੰਦੇ ਹੁੰਦੇ ਹਨ ਉਨੂੰ ਇੱਕੋ ਹੀ ਰਾਹ ਲੱਭ ਸਕਿਆ ਸੀ ਗੁਪਤ ਕੰਮ ਜਾਰੀ ਰੱਖਣਾ ਦੋਵਾਂ ਦਾ ਕੰਮ ਇਕੱਲੀ ਨਹੀਂ ਕਰਨਾ ਇਸ ਤਰ੍ਹਾਂ 1943 ਦਾ ਨਵਾਂ ਸਾਲ ਚੜ੍ਹਨ ਤੋਂ ਪਹਿਲੀ ਰਾਤ ਨੂੰ ਮੇਜ਼ ਤੇ ਇਕੱਲੀ ਬੈਠੀ ਸੀ ਜਿੱਥੇ ਉਹ ਬੈਠਦਾ ਹੁੰਦਾ ਸੀ ਤੇ ਜਿੱਥੇ ਹੁਣ ਉਹਦੀ ਤਸਵੀਰ ਸੀ ਤੇ ਜਦੋਂ ਅੱਧੀ ਰਾਤ ਦਾ ਘੜਿਆਲ ਖੜਕਿਆ ਉਹਨੇ ਉਹਦੀ ਥਾਂ ਤੇ ਪਏ ਖਾਲੀ ਗਲਾਸ ਨਾਲ ਛੁਹਾ ਕੇ ਉਹਦੀ ਸਿਹਤ ਤੇ ਜਲਦੀ ਵਾਪਸੀ ਦੀ ਸੱਦਰ ਨਾਲ ਜਾਮ ਪੀਤਾ ਸਭ ਤੋਂ ਵੱਧ ਇਹ ਸੱਦਰ ਨਾਲ ਉਹ ਆਜ਼ਾਦੀ ਤੱਕ ਜਿਉਂਦਾ ਰਹਿ ਸਕੇ ਇੱਕ ਮਹੀਨੇ ਵਿੱਚ ਉਹਨੂੰ ਵੀ ਫੜ ਲਿਆ ਗਿਆ ਨੰਬਰ 400 ਚ ਸਾਡੇ ਵਿੱਚੋਂ ਬਹੁਤ ਸਾਰੇ ਕੰਮ ਬਗੇ ਕਿਉਂਕਿ ਉਹ ਵੀ ਉਹਨਾਂ ਬਾਹਰਲੇ ਲੋਕਾਂ ਚ ਸੀ ਜਿਨ੍ਹਾਂ ਦੇ ذریعے ਅਸੀਂ ਬਾਹਰ ਸੰਬੰਧ ਜੋੜਿਆ ਹੋਇਆ ਸੀ ਉਹਨੇ ਇੱਕ ਸ਼ਬਦ ਵੀ ਨਾ ਦੱਸਿਆ ਉਹਨਾਂ ਨੂੰ ਕੁੱਟਿਆ ਨਾ ਉਹ ਇੰਨੇ ਬਿਮਾਰ ਸੀ ਕਿ ਉਹਨਾਂ ਦੇ ਥੱਪੜ ਉਹਦੀ ਜਾਨ ਹੀ ਕੱਢ ਦਿੰਦੇ ਉਹਨਾਂ ਉਹਨੂੰ ਉਸ ਤੋਂ ਵੀ ਵੱਧ ਭੜੇ ਤਸੀਹੇ ਦਿੱਤੇ ਕਲਪਨਾ ਰਹੀ ਉਹਦੀ ਗ੍ਰਿਫਤਾਰੀ ਤੋਂ ਕੁਝ ਹੀ ਦਿਨ ਪਹਿਲਾਂ ਉਹਦੇ ਪਤੀ ਨੂੰ ਪੋਲੈਂਡ ਚ ਮਜ਼ਦੂਰੀ ਲਈ ਲੈ ਗਏ ਸਨ ਹੁਣ ਉਹ ਉਹਨੂੰ ਕਹਿੰਦੇ ਵੇਖ ਇੱਕ ਸੇਤਮੰਦ ਆਦਮੀ ਲਈ ਵੀ ਕਿੰਨੀ ਮੁਸ਼ਕਲ ਜ਼ਿੰਦਗੀ ਹੈ ਤੇਰਾ ਪਤੀ ਤਾਂ ਪਹਿਲਾਂ ਹੀ ਲੰਗੜਾ ਉਹ ਕਦੇ ਵੀ ਇਹ ਸਭ ਕੁਝ ਨਹੀਂ ਸਹਿ ਸਕੇਗਾ ਉਹ ਉੱਥੇ ਮਰ ਜਾਏਗਾ ਤੇ ਤੂੰ ਮੁੜ ਕਦੇ ਵੀ ਉਹਨੂੰ ਨਹੀਂ ਵੇਖ ਸਕਵੇਂਗੀ ਤੇ ਫਿਰ ਤੂੰ ਇਸ ਉਮਰੇ ਹੋਰ ਪਤੀ ਕਿੱਥੋਂ ਲੱਭਦੀ ਫਿਰੇਂਗੀ ਸੋ ਅਕਲਕਾਰ ਜੋ ਕੁਝ ਜਾਣਦੀ ਹੈ ਸਾਨੂੰ ਦੱਸ ਦੇ ਅਸੀਂ ਫੌਰੀ ਤੇਰਾ ਪਤੀ ਤੈਨੂੰ ਮੋੜ ਦੇਾਂਗੇ ਉਥੇ ਕਿਸੇ ਅਣਜਾਣੀ ਥਾਂ ਤੇ ਮਾਰਿਆ ਜਾਏਗਾ ਮੇਰਾ ਜੋਸੇਫ ਵਿਚਾਰਾ ਜੋਸੇਫ ਕੌਣ ਜਾਣਦਾ ਕਿ ਉਹ ਜੀ ਮੌਤ ਮਾਰਿਆ ਜਾਏਗਾ ਉਹਨਾਂ ਮੇਰੀ ਭੈਣ ਮਾਰ ਛੱਡੀਓ ਮੇਰੇ ਪਤੀ ਨੂੰ ਮਾਰ ਦੇਣਗੇ ਤੇ ਮੈਂ ਇਕੱਲੀ ਰਹਿ ਜਾਾਂਗੀ ਆਪਣੀ ਮੌਤ ਆਉਣ ਤੱਕ ਹੀ ਇਕੱਲੀ ਇਸ ਉਮਰੇ ਮੈਂ ਕਿਹਨੂੰ ਢੂੰਡਾਂਗੀ ਪਰ ਮੈਂ ਉਹਨੂੰ ਬਚਾ ਸਕਦੀ ਹਾਂ ਉਹਨੂੰ ਵਾਪਸ ਮੋੜ ਲਿਆਉਣਗੇ ਇਹਦਾ ਮੁੱਲ ਤਾਰਨਾ ਪਵੇਗਾ ਪਰ ਜੇ ਮੁੱਲ ਤਾਰ ਦਿੱਤਾ ਤਾਂ ਮੈਂ ਮੈਂ ਨਹੀਂ ਰ੍ਹਾਂਗੀ ਤੇ ਜੇ ਮੈਂ ਉਹਨੂੰ ਇਸ ਤਰੀਕੇ ਮੋੜ ਆਪਣੇ ਕੋਲ ਲੈ ਵੀ ਆਵਾਂ ਤਾਂ ਉਹ ਉਹ ਨਹੀਂ ਰਹੇਗਾ ਉਹਨੇ ਇੱਕ ਵੀ ਸ਼ਬਦ ਨਾ ਦੱਸਿਆ ਉਹ ਗੈਸਟ ਆਪੋ ਦੀਆਂ ਕਈ ਬੇਨਾਮ ਗੱਡੀਆਂ ਵਿੱਚੋਂ ਕਿਸੇ ਇੱਕ 'ਚ ਲੋਪ ਹੋ ਗਈ ਛੇਤੀ ਪਤਾ ਲੱਗ ਗਿਆ ਕਿ ਸ਼੍ਰੀਮਤੀ ਜੋਸਪੋਲੈਂਡ ਚ ਮਾਰੀ ਗਈ ਹੈ ਲੀਦਾ ਬਖਸਾ ਪਰਿਵਾਰ ਦੇ ਘਰ ਪਹਿਲੀ ਵਾਰ ਮੈਂ ਸ਼ਾਮ ਨੂੰ ਗਿਆ ਸੀ ਘਰ 'ਚ ਸਿਰਫ ਜੋਸ਼ੇ ਹੀ ਸੀ ਤੇ ਚੰਚਲ ਅੱਖਾਂ ਵਾਲੀ ਨਿੱਕੀ ਜੀ ਕੁੜੀ ਜਿਹਨੂੰ ਉਹ ਲੀਦਾ ਨਾਂ ਨਾਲ ਬੁਲਾਉਂਦੇ ਸਨ ਉਹ ਬਾਲੜੀ ਜੱਬਦੀ ਸੀ ਮੇਰੀ ਦਾੜੀ ਵੱਲ ਬੜੀ ਹੈਰਾਨੀ ਨਾਲ ਵੇਖ ਰਹੀ ਸੀ ਇਹ ਜਾਣ ਕੇ ਉਹ ਖੁਸ਼ ਹੋਰੀ ਲੱਗਦੀ ਸੀ ਕਿ ਕੁਝ ਦੇਰ ਲਈ ਉਹਦਾ ਦਿਲ ਲਾਉਣ ਲਈ ਕੋਈ ਨਵਾਂ ਤੇ ਦਿਲਚਸਪ ਆਦਮੀ ਆ ਗਿਆ ਛੇਤੀ ਸਾਡੀ ਦੋਸਤੀ ਹੋ ਗਈ ਜਦੋਂ ਮੈਨੂੰ ਪਤਾ ਲੱਗਾ ਕਿ ਇਸ ਬਾਲੜੀ ਦੀ ਉਮਰ 19 ਵਰਿਆਂ ਦੀ ਹੈ ਤਾਂ ਮੈਨੂੰ ਬਹੁਤ ਹੈਰਾਨੀ ਹੋਈ ਉਹ ਜੋਸ਼ੇ ਦੀ ਮਤਰਈ ਭੈਣ ਸੀ ਉਹਦਾ ਲਾਡਲਾ ਲਾਡਲਾ ਨਾਂ ਪਲਾਖਾ ਸੀ ਜਿਹਦਾ ਅਰਥ ਡਰਪੋਕ ਹੁੰਦਾ ਹੈ ਪਰ ਇਹ ਖਾਸਾ ਉਹਦਾ ਨਹੀਂ ਸੀ ਉਹਨੂੰ ਆਪ ਨਾਟਕ ਕਰਨ ਦਾ ਬੜਾ ਸ਼ੌਕ ਸੀ ਛੇਤੀ ਮੈਂ ਉਹਦੇ ਭੇਤਾਂ ਦਾ ਭਿਆਲ ਬਣ ਗਿਆ ਜਿਹਨੇ ਮੈਨੂੰ ਅਹਿਸਾਸ ਕਰਾਇਆ ਕਿ ਮੈਂ ਜੋ ਮਰਜ਼ੀ ਸਮਝਾ ਹੁਣ ਮੈਂ ਕੁਝ ਬਜ਼ੁਰਗ ਹੋ ਗਿਆ ਉਹਨੇ ਮੈਨੂੰ ਆਪਣੀ ਜਵਾਨੀ ਦੇ ਸਾਰੇ ਦੁੱਖ ਤੇ ਸਾਰੇ ਸੁਪਨੇ ਦੱਸੇ ਉਹ ਆਪਣੀ ਭੈਣ ਜੰਪਣਬਈਏ ਨਾਲ ਦੌੜਦੀ ਉਹਦਾ ਸੁਭਾਅ ਬੜਾ ਕਾਲਾ ਸੀ ਜਿਵੇਂ ਜਵਾਨ ਕੁੜੀਆਂ ਦਾ ਹੁੰਦਾ ਤੇ ਉਹ ਬੁੱਢੇਵਾਰੇ ਦੀ ਔਲਾਦ ਵਾਂਗ ਲਾੜ ਪਿਆਰ ਨਾਲ ਵਿਗੜੀ ਹੋਈ ਬੱਚੀ ਸੀ ਜਦੋਂ ਉੱਥੇ ਇੱਕ ਛਮਾਈ ਰਹਿਣ ਪਿੱਛੋਂ ਮੈਂ ਘਰੋਂ ਬਾਹਰ ਨਿਕਲਿਆ ਤਾਂ ਪਹਿਲੀ ਵਾਰ ਮੇਰੇ ਨਾਲ ਗਈ ਜਿਆਦ ਖੜ ਉਮਰ ਦਾ ਲੰਗਾ ਆਦਮੀ ਇਕੱਲੇ ਦੀ ਥਾਂ ਆਪਣੀ ਧੀ ਨਾਲ ਬਾਹਰ ਜਾਵੇ ਤਾਂ ਲੋਕੀ ਲੋਕਾਂ ਦੇ ਨਜ਼ਰੇ ਘਾਟੀ ਚੜਦਾ ਜਿਨ੍ਹਾਂ ਲੋਕਾਂ ਕੋਲ ਅਸੀਂ ਲੰਘਦੇ ਸੌ ਮੇਰੇ ਨਾਲੋਂ ਵੱਧ ਉਸਵਾਲ ਵੇਖਦੇ ਸਨ ਇਸ ਕਰਕੇ ਉਹ ਪਹਿਲੀ ਗੈਰ ਕਾਨੂੰਨੀ ਮੀਟਿੰਗ ਵਿੱਚ ਵੀ ਮੇਰੇ ਨਾਲ ਗਈ ਐਸੇ ਕਰਕੇ ਉਹ ਮੇਰੀ ਸਭ ਤੋਂ ਪਹਿਲੀ ਗੁਪਤ ਥਾਂ ਤੇ ਵੀ ਮੇਰੇ ਨਾਲ ਆਈ ਇਸ ਤਰ੍ਹਾਂ ਜਿਵੇਂ ਕਿ ਹੁਣ ਉਹਨਾਂ ਦੇ ਲਾਇਏ ਗਏ ਇਲਜ਼ਾਮਾਂ 'ਚ ਦੱਸਿਆ ਗਿਆ ਕਿ ਮੇਰੀ ਗੁਪਤ ਸੁਨੇਹਾ ਪਤਨ ਲਜਾਣ ਵਾਲੀ ਹਰ ਕਾਰਨ ਬਣ ਗਈ। ਉਹ ਇਹ ਕੰਮ ਖੇੜੇ ਮੱਥੇ ਕਰਦੀ ਸੀ। ਉਹਨੂੰ ਇਸ ਗੱਲ ਦੀ ਬਹੁਤੀ ਚਿੰਤਾ ਨਹੀਂ ਸੀ ਹੁੰਦੀ ਕਿ ਕੰਮ ਕੀ ਏ ਤੇਰੇ ਅਰਥ ਕੀ ਨੇ। ਇਹ ਉਸ ਲਈ ਕੁਝ ਨਵਾਂ ਤੇ ਸੁਆਦਲਾ ਕੰਮ ਸੀ। ਅਜੇ ਆ ਕੰਮ ਜੀ ਨੂੰ ਹਰੀ ਸਾਰੀ ਨਹੀਂ ਸੀ ਕਰ ਸਕਦਾ ਤੇ ਜਸਟ ਜਾਣ ਤਲੀ ਤੇ ਰੱਖਣ ਵਰਗਾ ਅੰਝ ਸੀ। ਜਿੰਨਾ ਚਿਰ ਉਹ ਨਿੱਕੇ ਨਿੱਕੇ ਕੰਮ ਕਰਦੀ ਰਹੀ ਮੈਂ ਉਹਨੂੰ ਕੁਝ ਹੋਰ ਨਹੀਂ ਸੀ ਦੱਸਣਾ ਚਾਹੁੰਦਾ। ਫੜੇ ਜਾਣਦੇ ਹੋ ਜਿੰਨਾ ਘਟ ਜਾਣਦੀ ਹੋएगी ਉਨਾ ਹੀ ਆਪਣੇ ਬਚਾਉ ਲਈ ਉਹਨੂੰ ਸੁਖਾਲਾ ਰਹੇਗਾ ਆਪਣੇ ਦਿਲ 'ਚ ਕਿਸੇ ਗੁਨਾਹ ਦਾ ਅਹਿਸਾਸ ਨਾ ਹੋਣਾ ਬਚਣ ਲਈ ਚੰਗਾ ਸੀ ਲੀਦਾ ਨੇ ਬੜੀ ਤੇਜ਼ੀ ਨਾਲ ਵਿਕਾਸ ਕੀਤਾ ਤੋਂ ਜੈਲੀਨੇਗ ਪਰਿਵਾਰ ਨੂੰ ਨਿੱਕੇ ਵੱਡੇ ਸੁਨੇਹ ਪਛਾਨਦੀ ਥਾਂ ਵੱਡੀਆਂ ਜ਼ਿੰਮੇਵਾਰੀਆਂ ਸੰਭਾਲਣ ਲੱਗ ਪਈ ਸੀ ਉਹ ਵਕਤ ਆ ਗਿਆ ਸੀ ਕਿ ਮੈਂ ਉਹਨੂੰ ਇਹ ਸਭ ਕਾਸੇ ਦਾ ਮਕਸਦ ਦੱਸਾਂ ਇਸ ਤਰ੍ਹਾਂ ਮੈਂ ਉਹਨੂੰ ਸਿਖਾਉਣਾ ਸ਼ੁਰੂ ਕੀਤਾ ਬਿਲਕੁਲ ਬਾਕਾਇਦਾ ਸਕੂਲੀ ਢੰਗ ਨਾਲ ਮੈਂ ਕੰਮ ਸ਼ੁਰੂ ਕੀਤਾ ਤੇ ਲੀਦਾ ਇਹ ਸਭ ਕੁਝ ਬੜੇ ਉਤਸ਼ਾਹ ਤੇ ਖੁਸ਼ੀ ਨਾਲ ਸਿੱਖਣ ਲੱਗ ਪਈ ਉਪਰੋਂ ਵੇਖਣ ਨੂੰ ਪਹਿਲਾਂ ਵਾਂਗ ਲਾਦਰ ਸੀ ਪਰ ਅੰਦਰੂਨੀ ਤੌਰ ਤੇ ਉਹ ਬਿਲਕੁਲ ਬਦਲ ਗਈ ਸੀ ਉਸਿਆਣੀ ਹੋ ਗਈ ਸੀ ਤੇ ਬੜੀ ਸੰਜੀਦਗੀ ਨਾਲ ਸੋਚਣ ਲੱਗ ਪਈ ਸੀ ਇਸੇ ਕੰਮ ਦੇ ਸਬੰਧ ਵਿੱਚ ਉਹਦੀ ਮੇਰੇਕ ਨਾਲ ਵਕਫੀਤ ਹੋਈ ਉਨੇ ਪਹਿਲਾਂ ਹੀ بڑا ਕੰਮ ਕੀਤਾ ਹੋਇਆ ਸੀ ਤੇ ਬੜੀ ਦ੍ਰਿੜਤਾ ਨਾਲ ਇਸ ਬਾਰੇ ਦੱਸ ਸਕਦਾ ਸੀ ਲੀਦਾ ਉੱਤੇ ਉਹਦਾ ਬਹੁਤ ਗਹਿਰਾ ਅਸਰ ਪਿਆ ਪਰ ਸ਼ਾਇਦ ਉਹ ਦੀ ਸ਼ਖਸੀਅਤ ਦੇ ਮੁਢਲੇ ਲੱਛਣ ਨਾ ਸਮਝ ਸਕੇ ਇਹਨਾਂ ਨੂੰ ਪਛਾਣਨ ਵਿੱਚ ਤਾਂ ਮੈਂ ਵੀ ਗਲਤੀ ਖਾ ਗਿਆ ਸੀ ਪਰ ਵਿਸ਼ੇਸ਼ ਗੱਲ ਇਹ ਸੀ ਕਿ ਉਹਦਾ ਕੰਮ ਤੇ ਉਸ ਵਿੱਚਲੀ ਦ੍ਰਿੜਤਾ ਲੀਦਾ ਨੂੰ ਬਾਕੀ ਨੌਜਵਾਨਾਂ ਨਾਲੋਂ ਉਹਦੇ ਵਧੇਰੇ ਨੇੜੇ ਲਿਆਉਂਦੇ ਗਏ ਪਿਆਰ ਬੜੀ ਤੇਜ਼ੀ ਨਾਲ ਉਸ 'ਤੇ ਪੁੰਗਰ ਰਿਹਾ ਸੀ ਤੇ ਤੀ ਪੱਕੀਆਂ ਜੜ੍ਹਾਂ ਫੜ ਗਿਆ 1942 ਦੇ ਸ਼ੁਰੂ ਚ ਉਹਨੇ ਝੱਕਦਿਆਂ ਝੱਕਦਿਆਂ ਪਾਰਟੀ ਮੈਂਬਰੀ ਬਾਰੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਮੈਂ ਪਹਿਲਾਂ ਉਹਨੂੰ ਕਦੇ ਵੀ ਇੰਨੀ ਝੱਕਦਿਆਂ ਨਹੀਂ ਸੀ ਵੇਖਿਆ ਉਹਨੇ ਕਦੇ ਵੀ ਕਿਸੇ ਚੀਜ਼ ਨੂੰ ਇੰਨੀ ਸੰਜੀਦਗੀ ਨਾਲ ਨਹੀਂ ਸੀ ਲਿਆ ਮੈਂ ਉਹਦੀ ਗੱਲ ਗੋਲੀ ਤੇ ਰਾਜਸੀ ਸਿੱਖਿਆ ਜਾਰੀ ਰੱਖੀ ਮੈਂ ਉਹਨੂੰ ਅਜੇ ਹੋਰ ਪਰਖਣਾ ਚਾਹੁੰਦਾ ਸੀ ਫਰਵਰੀ 1942 ਚ ਕੇਂਦਰੀ ਕਮੇਟੀ ਨੇ ਸਿੱਧਿਆ ਹੀ ਉਹਨੂੰ ਪਾਰਟੀ 'ਚ ਸ਼ਾਮਲ ਕਰਨ ਦਾ ਫੈਸਲਾ ਕਰ ਲਿਆ ਇੱਕ ਬੜੀ ਕੱਕਰੀਲੀ ਰਾਤ ਨੂੰ ਅਸੀਂ ਘਰ ਪਰਤੇ ਉਹ ਬਹੁਤ ਜੋ ਪੰਜਾਬਸੀ ਭਾਵੇਂ ਆਮ ਤੌਰ ਤੇ ਉਹ ਕਾਫੀ ਗੱਲਾਂ ਕਰਦੀ ਹੋਈ ਸੀ ਘਰ ਦੇ ਕੋਲ ਇੱਕ ਮੈਦਾਨ ਪਾਰ ਕਰਦੇ ਹੋ ਅਚਾਨਕ ਖਲੋ ਗਈ ਤੇ ਉਸ ਤੇ ਪੰਜਾਬ ਜੇ ਵਿੱਚ ਜਿੱਥੇ ਤੁਸੀਂ ਬਰਫ਼ ਦੇ ਗੋੜੇ ਡਿੱਗਦੇ ਵੀ ਸੁਣ ਸਕਦੇ ਹੋ ਹੌਲੀ ਜਿਹਾ ਮੈਨੂੰ ਪਤਾ ਹੈ ਕਿ ਮੇਰੀ ਜ਼ਿੰਦਗੀ ਦਾ ਇਹ ਸਭ ਤੋਂ ਮਹੱਤਵਪੂਰਨ ਦਿਨ ਹੈ ਕਿਉਂਕਿ ਅੱਜ ਤੋਂ ਮੇਰਾ ਆਪਾ ਮੇਰੇ ਆਪਣੇ ਅਧਿਨ ਨਹੀਂ ਰਿਹਾ ਮੈਂ ਵਚਨ ਦਿੰਨੀ ਆ ਕਿ ਭਾਵੇਂ ਜੋ ਮਰਜ਼ੀ ਹੋ ਜਾਏ ਮੈਂ ਤੁਹਾਨੂੰ ਕਦੇ ਨਿਰਾਸ਼ ਨਹੀਂ ਕਰਾਂਗੀ ਇਸ ਤੋਂ ਪਿੱਛੇ ਬਹੁਤ ਕੁਝ ਵਾਪਰਿਆ ਪਰ ਉਹਨੇ ਕਦੇ ਆਪਣਾ ਵਚਨ ਨਾ ਤੋੜਿਆ ਉਨੇ ਸਾਡਾ ਉੱਪਰਲੇ ਆਗੂਆਂ ਨਾਲ ਅਤੁੱਗੁਪਤ ਸਬੰਧ ਕਾਇਮ ਕਰੀ ਰੱਖਿਆ। ਉਹਦੇ जिम्मे ਅਜੇ ਗੁਰਪੰਨੂ ਜੋੜਨ ਦਾ ਕੰਮ ਸੀ ਜਿਨ੍ਹਾਂ ਦੇ ਸਭ ਸਬੰਧ ਟੁੱਟ ਚੁੱਕੇ ਸਨ। ਜਾਂ ਜੇ ਸਾਥੀਆਂ ਨੂੰ ਚੇਤਾਵਨੀ ਦੇਣੀ, ਉਹਦਾ ਕੰਮ ਸੀ ਜੋ ਖਤਰੇ 'ਚ ਘਰੇ ਹੋਣ। ਇਹ ਕੰਮ ਬਹੁਤ ਹੀ ਗੁੰਝਲਦਾਰ ਤੇ ਖਤਰਨਾਕ ਹੁੰਦੇ ਸਨ। ਜਦੋਂ ਕਦੇ ਕਿਸੇ ਵੱਡੇ ਆਗੂ ਲਈ ਖਤਰਾ ਪੈਦਾ ਹੁੰਦਾ ਜਾਂ ਸਾਡੀ ਕਿਸੇ ਲੁਕਵੀਂ ਥਾਂ ਦੇ ਭੇਦ ਖੁੱਲਣ ਦਾ ਖਤਰਾ ਹੁੰਦਾ ਤਾਂ ਇਹਦਾ ਈਲ ਮੱਛੀ ਵਾਂਗ ਤਲਕ ਕੇ ਆਸਾਨੀ ਨਾਲ ਨਿਕਲ ਜਾਂਦੀ ਤੇ ਸਭ ਕੁਝ ਠੀਕ ਠਾਕ ਕਰ ਦਿੰਦੀ ਉਹ ਵੱਡੇ ਵੱਡੇ ਤੇ ਛੋਟੇ ਕੰਮ ਇਕਾਦਤ ਵਾਂਗ ਇਕਸਾਰ ਕਰਦੀ ਖਿੜੇ ਮੱਥੇ ਦਿਲ ਤੇ ਬਿਨਾ ਕਿਸੇ ਭਾਰ ਦੇ ਤੇ ਹੁਣ ਇਹ ਸਭ ਕਾਸੇ ਦੀ ਜ਼ਿੰਮੇਵਾਰੀ ਦਾ ਇੱਕ ਤਕੜਾ ਅਹਿਸਾਸ ਸੀ ਉਹ ਸਾਡੇ ਤੋਂ 1 ਮਹੀਨਾ ਪਿੱਛੋਂ ਫੜੀ ਗਈ ਮੇਰੇ ਇੱਕ ਨੇ ਹੋਰਾਂ ਨਾਲ ਉਸ ਦਾ ਵੀ ਨਾਂ ਦੱਸ ਦਿੱਤਾ ਤੇ ਉਹਨਾਂ ਨੂੰ ਇਹ ਵੀ ਪਤਾ ਲੱਗ ਗਿਆ ਸੀ ਕਿ ਲੀਦਾ ਨੇ ਆਪਣੀ ਭੈਣ ਤੇ ਪੁੱਮ ਬਈਏ ਦੀ ਕੰਮ ਕਰਨ ਖਾਤਰ ਲੋਕਣ ਵਿੱਚ ਵੀ ਮਦਦ ਕੀਤੀ ਸੀ ਉਨੇ ਆਪਣਾ ਸਿਰ ਹਿਲਾਇਆ ਤੇ ਅਜੇ ਹੀ ਬੇਪਰਵਾ ਮਨਮੋਜਣ ਕੁੜੀ ਦਾ ਪਾਟਾ ਦਾ ਕਰਦੀ ਰਹੀ ਜਿਹਨੂੰ ਇਹ ਚਿੱਤ ਚੇਤਾ ਵੀ ਨਾ ਹੋਵੇ ਕਿ ਉਹਨੇ ਕੋਈ ਅਜੇ ਆ ਗੈਰ ਕਾਨੂੰਨੀ ਕੰਮ ਕੀਤਾ ਜਿਹਦਾ ਨਤੀਜਾ ਉਹਦੇ ਲਈ ਬੜਾ ਭਿਆਨਕ ਹੋ ਸਕਦਾ ਹੈ ਉਹ ਬਹੁਤ ਕੁਝ ਜਾਣਦੀ ਸੀ ਪਰ ਉਹਨੇ ਇੱਕ ਵੀ ਗੱਲ ਨਾ ਦੱਸੀ ਤੇ ਸਭ ਤੋਂ ਵੱਧ ਮਹੱਤਵਪੂਰਨ ਉਹ ਲਗਾਤਾਰ ਕੰਮ ਕਰਦੀ ਰਹੀ ਉਹਦੇ ਹਾਲਾਤ ਤੇ ਢੰਗ ਬਦਲ ਗਏ ਉਹਦੇ ਕੰਮ ਹੋਰ ਹੋ ਗਏ ਪਰ ਉਹ ਕਿਸੇ ਤਰ੍ਹਾਂ ਵੀ ਵਿਹਲੀ ਨਾ ਬੈਠੀ ਪਾਰਟੀ ਪ੍ਰਤੀ ਉਹਦਾ ਫਰਜ਼ ਨਹੀਂ ਸੀ ਬਦਲਿਆ ਜੋ ਕੰਮ ਉਹਦੇ जिम्मे ਲਾਇਆ ਗਿਆ ਉਹਨੇ ਛੇਤੀ ਠੀਕ-ਠਾਕ ਤੇ ਪੂਰੀ ਲਗਨ ਨਾਲ ਕੀਤਾ ਜੇਲ੍ਹ ਦੇ ਬਾਹਰ ਜੇ ਕਿਸੇ ਨੂੰ ਬਚਾਉਣ ਵਾਸਤੇ ਕਿਸੇ ਗੁੰਝਲ ਨੂੰ ਸੁਲਝਾਉਣ ਦੀ ਜ਼ਰੂਰਤ ਪੈਂਦੀ ਤਾਂ ਲਿਦਾਨ ਜਾਨ ਜੀ ਬਣੀ ਇਹ ਸਾਰਾ ਕੰਮ ਆਪਣੇ जिम्मे ਲੈ ਲੈਂਦੀ ਇਹ ਪੰਕਰਤਾ ਸ ਵਿੱਚ ਔਰਤਾਂ ਵਾਲੇ ਹਿੱਸੇ ਦੀ ਲੰਬੜਦਾਰ ਨਹੀਂ ਬਣ ਗਈ ਤੇ ਉਹਦੇ ਗੁਪਤ ਤੌਰ ਤੇ ਬਾਹਰ ਘੱਲੇ ਹੋਏ ਸੁਨੇਹਾ ਕਰਕੇ ਕੋਈ 20 ਲੋਕ ਗ੍ਰਿਫਤਾਰੀਆਂ ਤੋਂ ਬਚ ਗਏ ਇਹ ਤੋਂ ਤਕਰੀਬਨ 1 ਸਾਲ ਬਾਅਦ ਉਹਦਾ ਇੱਕ ਸੁਨੇਹਾ ਫੜਿਆ ਗਿਆ ਤੇ ਉਹਦਾ ਇਹ ਕੰਮ ਖਤਮ ਕਰ ਦਿੱਤਾ ਗਿਆ ਹੁਣ ਉਹ ਸਾਡੇ ਨਾਲ ਮੁਕਦਮੇ ਵਾਸਤੇ ਜਰਮਨੀ ਜਾ ਰਹੀ ਹੈ ਸਾਡੇ ਸਾਰਿਆਂ ਚੋਂ ਇਕੱਲੀ ਹੋ ਗਈ ਹੈ ਜਿਹਦੀ ਆਜ਼ਾਦੀ ਮਿਲਣ ਤੱਕ ਜਿਉਂਦਿਆ ਰਹਿ ਸਕਣ ਦੀ ਕੁਝ ਉਮੀਦ ਦਿੰਦੀ ਹੈ ਉਹ ਜੇ ਮੁਟਿਆਰ ਹੈ ਜੇ ਅਸੀਂ ਨਾ ਬਚੇ ਤਾਂ ਉਹਨੂੰ ਗਵਾ ਨਾ ਬਹਿਣਾ ਉਹਨੂੰ ਅਜੇ ਬਹੁਤ ਕੁਝ ਸਿੱਖਣ ਦੀ ਲੋੜ ਹੈ ਉਹਨੂੰ ਸਿਖਾਉਣਾ ਉਹਦਾ ਵਿਕਾਸ ਕਦੇ ਨਾ ਰੁਕਣ ਦੇਣਾ ਪਰ ਉਹਨੂੰ ਕਦੇ ਅਭਿਮਾਨੀ ਵੀ ਨਾ ਹੋਣ ਦੇਣਾ ਜਾਂ ਜੋ ਕੁਝ ਉਹ ਹੁਣ ਤੱਕ ਕਰ ਚੁੱਕੀ ਹੈ ਉਸੇ ਤੇ ਹੀ ਸੰਤੁਸ਼ਟ ਨਾ ਹੋਣ ਦੇਣਾ ਉਹ ਅੱਗ ਚੁੱਲੰਗ ਚੁੱਕੀ ਹੈ ਤੇ ਸਾਬਤ ਹੋ ਗਿਆ ਕਿ ਉਹਦੀ ਧਾਤ ਸੁੱਚੀ ਹੈ। ਮੇਰਾ ਅਫਸਰ ਇਹ ਉਹਨਾਂ ਪਾਤਰਾਂ ਵਿੱਚੋਂ ਤਾਂ ਨਹੀਂ ਪਰ ਦਿਲਚਸਪ ਆਦਮੀ ਹੈ। ਹੋਰਨਾਂ ਦੇ ਮੁਕਾਬਲੇ ਦੇਖਣ ਪੱਖੋਂ ਪੱਕੋਂ ਵਧੇਰੇ ਸ਼ਾਨਦਾਰ। 10 ਸਾਲ ਪਹਿਲਾਂ ਵਿਨੈ ਹਰੇਡੀ ਦੇ ਫਲੋਰਾ ਕੈਫੇ 'ਚ ਜਦੋਂ ਤੁਸੀਂ ਆਪਣੇ ਮੇਜ਼ ਤੇ ਪੈਸੇ ਟਣਕਾਉਣ ਚਾਹੁੰਦੇ ਜਾਈਏ ਕਹਿਣ ਲੱਗਦੇ ਬਹਿਰੇ ਬਿੱਲ ਲਿਆ ਇੱਕ ਲੰਮਾ ਪਤਲਾ ਆਦਮੀ ਅਚਾਨਕ ਕਾਲਾ ਕੋਟ ਪਾਈ ਤੁਹਾਡੇ ਸਾਹਮਣੇ ਆਣ ਖੜੋਂਦਾ ਉਹ ਪਾਣੀ ਦੀ ਮੱਕੜੀ ਵਾਂਗ ਅਚਾਨਕ ਤਰਦਾ ਕੁਰਸੀਆਂ ਵਿੱਚੋਂ ਤਿਲਕੇ ਵੀ ਨਿਕਲ ਜਾਂਦਾ ਤੇ ਤੁਹਾਡਾ ਬਿੱਲ ਲੈ ਆ ਕੇ ਤੁਹਾਡੇ ਅੱਗੇ ਰੱਖ ਦਿੰਦਾ ਕੁਝ ਨੌਰਾ ਵਾਂਗ ਬੜੀ ਫੁਰਤੀ ਨਾਲ ਚੁੱਪ-ਚਾਪ ਚੱਲਦਾ ਸੀ ਉਹਦੀਆਂ ਅੱਖਾਂ ਇੱਕਦਮ ਸਭ ਕੁਝ ਪਾਪ ਲੈਂਦੀਆਂ ਸਨ ਇੱਥੋਂ ਤੱਕ ਕਿ ਤੁਹਾਨੂੰ ਆਪਣਾ ਕੋਈ ਆਰਡਰ ਦੇਣ ਦੀ ਵੀ ਲੋੜ ਨਹੀਂ ਸੀ ਪੈਂਦੀ ਉਹ ਦੂਜੇ ਬੈਰੇ ਨੂੰ ਕਹਿੰਦਾ ਉਸ ਤੀਜੇ ਮੇਜ਼ ਤੇ ਝਾਗ ਵਾਲੀ ਕਰੀਮ ਦੇ ਬਿਨਾ ਚਿੱਟੀ ਕਾਫੀ ਭੇਜ ਦਿਓ ਜਾਂ ਪੇਸਟਰੀ ਤੇ ਪੀਪਲਸ ਪੇਪਰ ਖੱਬੇ ਪਾਸੇ ਵਾਲੀ ਬਾਰੀ ਕੋਲ ਦੇ ਮੇਜ਼ ਤੇ ਦੇਓ ਗਾਕਾਂ ਲਈ ਬੜਾ ਚੰਗਾ ਵੱਡਾ ਬਹਿਰਾ ਸੀ ਦੂਜੇ ਨੌਕਰਾਂ ਲਈ ਬੜਾ ਚੰਗਾ ਸਾਥੀ ਮੈਂ ਉਦੋਂ ਉਦੋਂ ਉਹਨੂੰ ਨਹੀਂ ਸੀ ਜਾਣਦਾ ਮੇਰੀ ਵਾਕਫੀਅਤ ਉਸ ਨਾਲ ਬਹੁਤ ਧੇਰ ਪਿੱਛੋਂ ਜੈਲੀਨੇਗ ਪਰਿਵਾਰ ਦੇ ਘਰ ਹੋਈ ਜਦੋਂ ਉਹਦੇ ਹੱਥ ਵਿੱਚ ਪੈਨਸਿਲ ਦੀ ਤਾਂ ਪਿਸਤੌਲ ਸੀ ਜਿਹਨੂੰ ਮੇਰੇ ਤੇ ਤਾਣੀ ਖੜੋਤਾ ਕਹਿ ਰਿਹਾ ਸੀ ਇਸ ਆਦਮੀ 'ਚ ਮੈਨੂੰ ਸਭ ਤੋਂ ਵੱਧ ਦਿਲਚਸਪੀ ਆਈ ਸਚਾਈ ਇਹ ਹੈ ਕਿ ਉਦੋਂ ਤੋਂ ਹੀ ਅਸੀਂ ਇੱਕ ਦੂਸਰੇ ਨੂੰ ਬੜੇ ਦਿਲਚਸਪ ਜਾਪਣ ਲੱਗ ਪਏ ਸੀ। ਉਹਦੇ ਅੰਦਰ ਜਮੰਦਰੂ ਅਕਲ ਸੀ ਤੇ ਦੂਸਰਿਆਂ ਨਾਲੋਂ ਇੱਕ ਖਾਸ ਵੱਧ ਆਏ ਸੀ ਉਹ ਲੋਕਾਂ ਨੂੰ ਸਮਝਦਾ ਸੀ। ਜੇ ਉਹ ਇਖਲਾਕੀ ਮੁਜਰਮਾਂ ਦੀ ਤਫਤੀਸ਼ ਕਰਨ ਵਾਲਾ ਵਾਲੀ ਪੁਲਿਸ ਚੁੰਦਾ ਤਾਂ ਇਸ ਗੁਣ ਸਦਕਾ ਬਹੁਤ ਕਾਮਯਾਬ ਹੋ ਸਕਦਾ ਸੀ। ਛੋਟੇ-ਛੋਟੇ ਮੁਜਰਮ ਤੇ ਕਾਤਲ ਆਪਣੀ ਗਿਰਾਵਟ ਕਰਕੇ ਦੂਜਿਆਂ ਤੋਂ ਨਿਖੜੇ ਹੋਏ ਲੋਕ ਉਸ ਅੱਗੇ ਆਪਣਾ ਦਿਲ ਖੋਲਣੋਂ ਕਦੇ ਨਾ ਚੱਕਦੇ। ਕਿਉਂਕਿ ਉਹਨਾਂ ਨੂੰ ਤਾਂ ਆਪਣੀ ਚਮੜੀ ਬਚਾਉਣ ਦੀ ਚਿੰਤਾ ਹੁੰਦੀ ਹੈ। ਪਰ ਸਿਆਸੀ ਤਫਤੀਸ਼ ਕਰਨ ਵਾਲੀ ਪੁਲਿਸ ਦੇ ਹੱਥ ਜੋ ਲੱਗਦੇ ਹਨ ਉਹਨਾਂ ਚੋਂ ਘੱਟ ਹੀ ਇਹੋ ਜਿਹੇ ਆਪਣੀ ਚਮੜੀ ਬਚਾਉਣ ਵਾਲੇ ਹੁੰਦੇ ਹਨ ਇੱਥੇ ਪੁਲਿਸ ਦੀ ਅਕਲ ਦਾ ਮੁਕਾਬਲਾ ਸਿਰਫ ਫੜੇ ਹੋਏ ਆਦਮੀ ਦੀ ਅਕਲ ਨਾਲ ਕੀਤਾ ਜਾਂਦਾ ਸਗੋਂ ਕਿਤੇ ਵਧੇਰੀ ਤਾਕਤ ਨਾਲ ਟਕਰਾਂ ਹੁੰਦਾ ਇੱਥੇ ਉਹਨਾਂ ਦਾ ਮੁਕਾਬਲਾ عقیدਿਆਂ ਨਾਲ ਹੁੰਦਾ ਹੈ ਉਸ ਗਰੁੱਪ ਦੀ ਸਾਂਝੀ ਅਕਲ ਨਾਲ ਜਿਸ ਨਾਲ ਮਲਜ਼ਮ ਸਬੰਧਤ ਹੁੰਦਾ ਹੈ ਚਾਲਬਾਜ਼ੀਆਂ ਤੇ ਥੱਪੜ عقیدਿਆਂ ਨੂੰ ਨਹੀਂ ਤੋੜ ਸਕਦੇ ਮੇਰੇ ਅਫਸਰ 'ਚ ਤੁਹਾਨੂੰ ਕੋਈ ਤਕੜਾ ਅੰਦਰੂਨੀ ਅਕੀਦਾ ਨਹੀਂ ਲੱਭੇਗਾ ਜਿਹੋ ਜਿਹਾ ਅੰਦਰ ਇਸ ਕਿਸਮ ਦਾ ਕੁਝ ਲੱਭੇ ਤਾਂ ਬੇਵਕੂਫੀ ਨਾਲ ਰਲਿਆ ਹੁੰਦਾ ਹੈ ਚਲਾਕੀ ਨਾਲ ਨਹੀਂ ਲੋਕਾਂ ਤੇ ਉਹਨਾਂ ਦੇ ਆਦਰਸ਼ਾਂ ਦੀ ਪਛਾਣ ਨਾਲ ਨਹੀਂ ਰਲਿਆ ਹੁੰਦਾ ਇਹੋ ਜਿਹੇ ਲੋਕ ਜਿਸ ਮੁੱਚੇ ਤੌਰ ਤੇ ਕਾਮਯਾਬ ਵੀ ਹੋ ਜਾਂਦੇ ਨੇ ਤੇ ਇਸ ਕਰਕੇ ਕਿ ਸਾਡਾ ਸੰਘਰਸ਼ ਬੜੇ ਲੰਮੇ ਸਮੇਂ ਤੋਂ ਬੜੇ ਸੀਮਤ ਜੇ ਥਾਂ 'ਚ ਚੱਲਦਾ ਰਿਹਾ ਹੈ ਇਹਦੇ ਨਾਲ ਹੀ ਪਿਛਲੇ ਕਿਸੇ ਵੀ ਖੂਫੀਆ ਸੰਘਰਸ਼ ਦੇ ਮੁਕਾਬਲੇ 'ਚ ਬੜੀਆਂ ਮੁਸ਼ਕਲ ਹਾਲਤਾਂ ਵਿੱਚ ਚੱਲਦਾ ਰਿਹਾ ਹੈ ਰੂਸੀ ਬਾਲਸ਼ਵਿਕ ਕਹਿੰਦੇ ਹੁੰਦੇ ਸਨ ਕਿ ਇੱਕ ਵਧੀਆ ਖੁਫੀਆ ਕੰਮ ਕਰਨ ਵਾਲਾ ਵੱਧ ਤੋਂ ਵੱਧ 2 ਸਾਲ ਤੱਕ ਬਚ ਸਕਦਾ ਹੈ ਪਰ ਉਹਨਾਂ ਲਈ ਇੱਕ ਬੜੀ ਵੱਡੀ ਸੌਖ ਸੀ ਕਿ ਜੇ ਮਾਸਕੋ 'ਚ ਖਤਰਾ ਬਹੁਤ ਵੱਧ ਜਾਂਦਾ ਤਾਂ ਪੀਟਰੋਗਰਾਡ 'ਚ ਜਾ ਸਕਦੇ ਸਨ ਤੇ ਜੇ ਪੀਟਰੋਗਰਾਡ ਤੋਂ ਉਦੇਸਾ ਜਾ ਕੇ ਛੁੱਪ ਸਕਦੇ ਸਨ ਉਹਨਾਂ ਸ਼ਹਿਰਾਂ ਦੇ ਲੱਖਾਂ ਵਾਸੀਆਂ 'ਚ ਰਲ ਮਿਲ ਸਕਦੇ ਸਨ ਜਿੱਥੇ ਉਹਨਾਂ ਨੂੰ ਪਛਾਣਨ ਵਾਲਾ ਕੋਈ ਨਾ ਹੋਵੇ ਪਰ ਇੱਥੇ ਸਾਡੇ ਕੋਲ ਸਿਰਫ ਪ੍ਰਾਗ ਹੈ ਪ੍ਰਾਗ ਪਰਾਗ ਜਿੱਥੋਂ ਦੀ ਅੱਧੀ ਵਸਲ ਤੁਹਾਨੂੰ ਪਛਾਣਦੀ ਹੈ ਜੋ ਦੁਸ਼ਮਣ ਦੇ ਜਸੂਸਾਂ ਦਾ ਸਭ ਤੋਂ ਵੱਡਾ ਅੱਡਾ ਹੈ ਇਹਦੇ باوجود ਵੀ ਅਸੀਂ ਵਰਿਆਂ ਬੱਦੀ ਟਿਕੇ ਰਹੇ ਤੇ ਕਈ ਅਜਿਹੇ ਸਾਥੀ ਵੀ ਹਨ ਜੋ 5 ਸਾਲਾਂ ਤੋਂ ਲੁਕ ਚੁਪ ਕੇ ਕੰਮ ਕਰ ਰਹੇ ਹਨ ਤੇ ਗੈਸਟਾਪ ਉਹਨਾਂ ਦਾ ਵਾਲਵਿੰਗਾ ਨਹੀਂ ਕਰ ਸਕੇ ਇਹਦਾ ਸਪਸ਼ਟ ਕਾਰਨ ਇਹ ਹੈ ਕਿ ਅਸੀਂ ਬਹੁਤ ਨਵੀਆਂ ਗੱਲਾਂ ਸਿੱਖੀਆਂ ਹਨ ਹਾਂ ਤੇ ਅਜਿਆ ਇਹਦਾ ਵੀ ਇੱਕ ਕਾਰਨ ਹੈ ਕਿ ਦੁਸ਼ਮਣ ਤਾਕਤਵਰ ਤੇ ਜ਼ਾਲਮ ਭਾਵੇਂ ਹੈ ਪਰ ਉਹਨੇ ਤਬਾਹੀ ਕਰਨ ਤੋਂ ਬਿਨਾ ਹੋਰ ਕੁਝ ਨਹੀਂ ਸਿੱਖਿਆ ਸੈਕਸ਼ਨ 11 ਏ ਚ ਤਿੰਨ ਆਦਮੀ ਹਨ ਜਿਨ੍ਹਾਂ ਦਾ ਕਮਿਊਨਿਜ਼ਮ ਦੇ ਕੱਟਰ ਦੁਸ਼ਮਣ ਹੋਣ ਵੱਜੋਂ ਬੜਾ ਮਾਣ ਹੈ। ਉਹਨਾਂ ਨੂੰ ਘਰੇਲੂ ਦੁਸ਼ਮਣ ਵਿਰੁੱਧ ਲੜਾਈ ਚ ਬਹਾਦਰੀ ਦਿਖਾਉਣ ਕਰਕੇ ਚਿੱਟੇ ਲਾਲ ਫਿੱਤੇ ਮਿਲ ਚੁੱਕੇ ਹਨ। ਉਹ ਹਨ ਫ੍ਰੀਡਰਿਕ ਜੰਦਰ ਤੇ ਮੇਰਾਫਸਰ ਜੋਸਫ ਬੇ ਹਿਟਲਰ ਦੇ ਕਮਿ ਸਮਾਜਵਾਦ ਸਮਾਜਵਾਦ ਬਾਰੇ ਕਰਨ ਲਈ ਉਹਨਾਂ ਕੋਲ ਕੋਈ ਗੱਲ ਨਹੀਂ ਕਿਉਂਕਿ ਉਹਨਾਂ ਦਾ ਇਸ ਬਾਰੇ ਗਿਆਨ ਨਾ ਹੋਣ ਦੇ ਬਰਾਬਰ ਹੈ। ਉਹ ਕਿਸੇ ਸਿਧਾਂਤ ਕਰਕੇ ਇਸ ਲੜਾਈ 'ਚ ਨਹੀਂ ਸ਼ਾਮਲ ਹੋਏ ਸ ਆਪਣੀ ਖੁਦਗਰਜ਼ੀ ਖਾਤਰ ਸ਼ਾਮਲ ਹੋਏ ਹਨ ਹਰ ਇੱਕ ਦਾ ਟੰਗ ਆਪਣਾ ਆਪਣਾ ਹੈ ਜੰਦਰ ਇੱਕ ਛੋਟਾ ਨਿਗੂਣਾ ਜਿਹਾ ਆਦਮੀ ਹੈ ਜੀ ਦਾ ਸੁਭਾਅ ਬੜਾ ਤਲਖ ਹੈ ਉਹ ਪੁਲਸੀ ਤਰੀਕਿਆਂ ਬਾਰੇ ਦੂਸਰਿਆਂ ਤੋਂ ਵੱਧ ਜਾਣਦਾ ਹੈ ਇਸ ਤੋਂ ਵਿਵਾਦ ਉਹ ਰੁਪਏ ਪੈਸੇ ਲੈਣ ਦੇਣ ਬਾਰੇ ਜਾਣਦਾ ਹੈ ਉਹਨੂੰ ਕੁਝ ਮਹੀਨਿਆਂ ਲਈ ਪ੍ਰਾਗ ਤੋਂ ਬਰਲਨ ਬਦਲ ਦਿੱਤਾ ਗਿਆ ਸੀ ਪਰ ਉਹ ਚੇਤੀ ਵਾਪਸ ਆਉਣ 'ਚ ਕਾਮਯਾਬ ਹੋ ਗਿਆ ਜਰਮਨੀ ਦੀ ਰਾਜਧਾਨੀ 'ਚ ਨੌਕਰੀ ਕਰਨਾ ਉਹਦਾ ਆਦਤ ਘਟਾਉਂਦਾ ਸੀ ਤੇ ਉਹਦਾ ਆਰਥਿਕ ਨੁਕਸਾਨ ਵੀ ਸੀ ਇੱਕ ਸਾਮਰਾਜੀ ਅਫਸਰ ਬਰਲਨ ਨਾਲੋਂ ਹਬਸ਼ੀਆਂ ਦੇ ਅਫਰੀਕਾ ਜਾਂ ਪ੍ਰਾਗ ਚ ਉਹ ਤਾਕਤਵਰ ਮਾਲਕ ਹੋ ਸਕਦਾ ਹੈ ਤੇ ਆਪਣੀ ਬੈਂਕ ਵਿੱਚ ਲਈ ਰਕਮ ਵਧਾਉਣ ਲਈ ਵੱਧ ਮੌਕੇ ਲੱਭ ਸਕਦੇ ਹਨ ਜਾਂਦਰ ਬੜਾ ਮਿਹਨਤੀ ਹੈ ਤੇ ਰੋਟੀ ਖਾਂਦਿਆਂ ਖਾਂਦਿਆਂ ਪੁੱਛ ਪੜਤਾਲ ਤੇ ਗੱਲਾਂ ਕਰਦਾ ਰਹਿੰਦਾ ਤਾਂ ਕਿ ਲੋਕਾਂ ਨੂੰ ਜਾਪੇ ਕਿ ਬਹੁਤ ਜਾਨ ਤੋੜ ਮਿਹਨਤ ਕਰ ਰਿਹਾ ਹੈ ਉਨੂੰ ਸਰਕਾਰੀ ਕੰਮ 'ਚ ਮਿਹਨਤ ਦਿਖਾਉਣ ਦੀ ਲੋੜ ਇਸ ਕਰਕੇ ਪੈਂਦੀ ਹੈ ਤਾਂ ਜੋ ਕਿਸੇ ਦੀ ਨਜ਼ਰ ਉਸ ਦੇ ਇਸ ਤੋਂ ਵੀ ਵਡੇਰੇ ਗੈਰ ਸਰਕਾਰੀ ਹਿੱਤਾਂ ਵੱਲ ਨਾ ਜਾਵੇ ਉਹ ਆਪਣੇ ਪੰਜੇ 'ਚ ਫਸ ਜਾਣ ਵਾਲਿਆਂ ਤੇ ਰਹਿਮ ਕਰਨ ਦਾ ਢੋਂਗ ਰਚਦਾ ਹੈ ਪਰ ਜਿਹਦੇ ਘਰ ਕੋਈ ਬੈਂਕ ਖਾਤੇ ਦੀ ਕਿਤਾਬ ਜਾਂ ਹੁੰਡੀਆਂ ਆਦ ਪਈਆਂ ਹੋਣ ਤਾਂ ਉਹਦੇ ਤੇ ਦੁੱਗਣਾ ਰਹਿਮ ਦਿਖਾਉਂਦਾ ਹੈ ਅਜਿਆ ਸ਼ਿਕਾਰ ਛੇਤੀ ਮੌਤ ਦੇ ਘਾਟ ਉਤਾਰਿਆ ਉਤਾਰਿਆ ਜਾਏਗਾ ਕਿਉਂਕਿ ਜਾਂਦਰ ਨੂੰ ਇਹਨਾਂ ਬੈਂਕ ਖਾਤਿਆਂ ਤੇ ਹੁੰਡੀਆਂ ਦਾ ਬੜਾ ਲਾਲਚ ਹੈ ਇਸ ਸਬੰਧ ਚ ਸਭ ਤੋਂ ਵੱਧ ਯੋਗ ਜਰਮਨ ਅਫਸਰ ਸਮਝਿਆ ਜਾਂਦਾ ਹੈ ਇਸ ਮਾਮਲੇ ਚ ਆਪਣੇ ਤੋਂ ਛੋਟੇ ਚੈਕ ਅਫਸਰ ਸਮੋਲਾ ਤੋਂ ਥੋੜਾ ਜਿਹਾ ਵੱਖਰਾ ਹੈ ਸਮੋਲਾ ਰਤਾ ਸਾਉਡਾਕੂ ਹੈ ਤੇ ਜੇ ਤੁਹਾਨੂੰ ਤੁਹਾਡਾ ਰੁਪਿਆ ਮਿਲ ਜਾਏ ਤਾਂ ਉਹ ਤੁਹਾਡੀ ਜਾਨ ਨਹੀਂ ਲੈਂਦਾ ਫ੍ਰੀਡਰਿਕ ਲੰਮਾ ਲਿਸਾ ਪੀਲੇ ਜੇ ਮੂੰਹ ਵਾਲਾ ਜਿਹਦੀਆਂ ਅੱਖਾਂ ਤੇ ਮੁਸਕਣੀਆਂ ਦੋਵਾਂ ਚ ਬਦੀ ਟਪਕਦੀ ਹੈ 1937 ਚ ਗੈਸਟਾਪ ਉਹਦੇ ਜਸੂਸ ਦੀ ਹਸੀयत ਵਿੱਚ ਚੈਕੋਸਲੋਵਾਕੀਆ ਆਇਆ ਸੀ ਉਦਾ ਮਕਸਦ ਇਹ ਸੀ ਕਿ ਜਿਹਨਾਂ ਜਰਮਨ ਕਮਿਊਨਿਸਟਾਂ ਨੇ ਇਸ ਗਨਰਾਜ ਪਨਾ ਲਈ ਹੋਈ ਸੀ ਉਹਨਾਂ ਨੂੰ ਫੜ ਕੇ ਜਰਮਨੀ ਵਾਪਸ ਭੇਜੇ ਉਹਨੂੰ ਲਾਸ਼ਾਂ ਦਾ ਸ਼ੌਕ ਹੈ ਉਹ ਕਿਸੇ ਨੂੰ ਬੇਗੁਨਾਹ ਨਹੀਂ ਸਮਝਦਾ ਜੋ ਵੀ ਉਹਦੇ ਦਫ਼ਤਰ ਦੀ ਦਹਲੀਜ਼ ਲੰਘ ਆਉਂਦਾ ਹੈ ਉਹਦੀਆਂ ਨਜ਼ਰਾਂ 'ਚ ਉਹ ਮੁਜਰਮ ਹੀ ਹੁੰਦਾ ਹੈ ਉਹਨੂੰ ਔਰਤਾਂ ਨੂੰ ਇਹ ਗੱਲ ਕਹਿਣੀ ਬੜੀ ਚੰਗੀ ਲੱਗਦੀ ਹੈ ਕਿ ਉਹਨਾਂ ਦੇ ਪਤੀ ਕੰਸੈਂਟਰੇਸ਼ਨ ਕੈਂਪ ਵਿੱਚ ਮਾਰੇ ਜਾ ਚੁੱਕੇ ਹਨ ਜਾਂ ਉਹਨਾਂ ਨੂੰ ਕਤਲ ਕਰ ਦਿੱਤਾ ਗਿਆ ਹੈ ਉਹ ਜਿਨ੍ਹਾਂ ਦੀ ਪੁੱਛਗਿੱਛ ਕਰ ਰਿਆ ਹੋਵੇ ਉਹਨਾਂ ਨੂੰ ਆਪਣੇ ਮੇਜ਼ ਦੀ ਦਰਾਜ ਵਿੱਚੋਂ ਮੋਇਆਂ ਦੀ ਸਵਾ ਦੇ ਸਤ ਕੁਜੇ ਦਿਖਾਉਂਦਾ ਹੈ ਮੈਂ ਨ ਸੱਤਾਂ ਦੀ ਆਪਣੇ ਹੱਥਾਂ ਨਾਲ ਅਲਖ ਮੁਕਾ ਦਿੱਤੀ ਤੇ ਹੁਣ 8ਵੀਂ ਵਾਰੀ ਤੇਰੀ ਹੈ ਹੁਣ ਉਹਦੀ ਦਰਾਜ ਚ ਕੁਜਿਆਂ ਦੀ ਗਿਣਤੀ 8 ਹੋ ਗਈ ਸੀ ਕਿਉਂਕਿ ਉਹਦੀ ਉਹਨੇ ਜਾਨ ਜਿਸ਼ਕਾ ਨੂੰ ਕੁੱਟ-ਕੁੱਟ ਕੇ ਮਾਰਦਾ ਸੀ ਉਹ ਨੂੰ ਆਪਣੀ ਵੱਖ-ਵੱਖ ਮੁਕਦਮਿਆਂ ਦੀਆਂ ਫਾਈਲਾਂ ਫੋਲਦਿਆਂ ਇਹ ਦੁਹਰਾਣਾ ਚੰਗਾ ਲੱਗਦਾ ਹੈ ਨਿਪਟਾਏ ਹੋਏ ਮਾਮਲਾ ਖਤਮ ਪਰ ਸਭ ਤੋਂ ਵੱਧ ਨੂੰ ਔਰਤਾਂ ਉੱਤੇ ਜ਼ੁਲਮ ਕਰਨਾ ਚੰਗਾ ਲੱਗਦਾ ਹੈ। ਵਧੀਆ ਆਇਸ਼ ਦੇ ਸਮਾਨ ਲਈ ਉਹਦੀ ਹਿਰਸ, ਉਹਦੀ ਪੁਲਸੀ ਕੰਮ 'ਚ ਬੜੀ ਸਹਾਈ ਹੁੰਦੀ ਹੈ। ਜੇ ਤੁਹਾਡਾ ਘਰ ਚੰਗੀ ਤਰ੍ਹਾਂ ਸਜਿਆ ਹੋਵੇ ਜਾਂ ਚੰਗਾ ਕਾਰੋਬਾਰ ਚੱਲ ਰਿਹਾ ਹੋਵੇ ਤਾਂ ਯਕੀਨੀ ਤੌਰ ਤੇ ਤੁਹਾਡੀ ਮੌਤ ਛੇਤੀ ਆਏਗੀ। ਉਹਦਾ ਚੈੱਕ ਸਹਾਇਕ ਨੈਰ-ਗੈਰ ਕਦ ਵਿੱਚ ਉਹ ਤੋਂ ਕੁਝ ਛੋਟਾ ਹੈ। ਉਹਨਾਂ ਦੋਵਾਂ 'ਚ ਬਸ ਇਹੋ ਹੀ ਫਰਕ ਹੈ। ਮੇਰੇ ਅਫਸਰ ਬੋਟਮ ਦੀ ਲਿਸਟ ਵਿੱਚ Laashan ਦੀ ਗਿਣਤੀ ਭਾਵੇਂ ਪਹਿਲੇ ਦੋਵਾਂ ਨਾਲੋਂ ਘੱਟ ਨਹੀਂ ਪਰ ਉਹਨੂੰ ਧੰਨ ਜਾਂ ਲਾਸ਼ਾਂ ਦਾ ਸ਼ੌਕ ਨਹੀਂ ਹੈ। ਉਹਦੇ ਅੰਦਰ ਕੁਝ ਬਣ ਸਕਣ ਦੀ ਖਾਇਸ਼ ਹੈ। ਉਹ ਗੈਸਟਾਪੋ ਦਾ ਪੁਰਾਣਾ ਆਦਮੀ ਵੀ ਹੈ ਤੇ ਜਦੋਂ ਹਿਟਲਰ ਬੇਰਾਨ ਨਾਲ ਇਕੱਲਿਆਂ ਗੁਪਤ ਮੁਲਾਕਾਤਾਂ ਕਰਦਾ ਹੁੰਦਾ ਸੀ। ਉਸ ਸਮੇਂ ਉਹ ਨੈਪੋਲੀਅਨ ਭਵਨ 'ਚ ਕੰਮ ਕਰਦਾ ਹੁੰਦਾ ਸੀ ਜੋ ਕੁਝ ਬੇਰਾਨ ਨੇ ਹਿਟਲਰ ਨੂੰ ਖੁਦ ਨਾ ਦੱਸਿਆ ਉਹ ਬੋਇਮ ਨੇ ਦੱਸ ਦਿੱਤਾ। ਪਰ ਹੁਣ ਦੇ ਮੁਕਾਬਲੇ ਤੇ ਕੋਈ ਵੱਡੀ ਗੱਲ ਨਹੀਂ। ਉਹਨੋਂ ਲੋਕਾਂ ਦਾ ਸ਼ਿਕਾਰੀ ਵਾਂਗ ਪਿੱਛਾ ਕਰ ਸਕਦਾ ਸੀ ਉਹਨਾਂ ਦੀ ਜ਼ਿੰਦਗੀ ਤੇ ਮੌਤ ਦਾ ਫੈਸਲਾ ਕਰ ਸਕਦਾ ਸੀ ਤੇ ਸਾਰੇ ਟੱਬਰਾਂ ਨੂੰ ਮੌਤ ਦਾ ਹੁਕਮ ਸੁਣਾ ਸਕਦਾ ਸੀ ਆਪਣੇ ਆਪ ਨੂੰ ਠੀਕ ਤਸੱਲੀ 'ਚ ਰੱਖਣ ਲਈ ਉਹਨੂੰ ਹਮੇਸ਼ਾ ਇਹੋ ਜਿਹੇ ਭਿਆਨਕ ਕੰਮ ਨਹੀਂ ਕਰਨੇ ਪੈਂਦੇ ਪਰ ਰੋਗੇ ਵਧਨ ਦੀ ਲੋੜ ਜ਼ਰੂਰ ਅਨੁਭਵ ਕਰਦਾ ਸੀ ਤੇ ਇਹ ਗੱਲ ਸਮੁੱਚੇ ਟੱਬਰਾਂ ਦੇ ਕਤਲ ਨਾਲੋਂ ਵਧੇਰੇ ਖਤਰਨਾਕ ਹੋ ਜਾਂਦੀ ਸੀ ਉਹਨੇ ਆਪਣੇ ਭੜਕਾਊ ਏਜੰਟਾਂ ਦਾ ਬੜਾ ਵੱਡਾ ਜਾਲ ਵਿਛਾ ਲਿਆ ਸੀ ਉਹ ਜਿਹੜਾ ਸ਼ਿਕਾਰੀ ਬਣ ਗਿਆ ਸੀ ਜਿਸ ਕੋਲ ਸਭ ਤੋਂ ਵੱਧ ਕੁੱਤੇ ਸਨ ਤੇ ਉਹ ਸ਼ਿਕਾਰ ਕਰਦਾ ਸੀ ਬਹੁਤੀ ਵੇਰ ਉਹ ਸ਼ਿਕਾਰ ਸਿਰਫ ਸ਼ਿਕਾਰ ਦੀ ਖੁਸ਼ੀ ਖਾਤਰ ਹੀ ਕਰਦਾ ਸੀ ਜਾਂਚ ਪੜਤਾਲ ਉਹਨੂੰ ਬੜਾ ਬੇਰਸ ਕੰਮ ਲੱਗਦਾ ਸੀ ਉਹਨੂੰ ਸਭ ਤੋਂ ਵੱਧ ਸਵਾਦ ਲੋਕਾਂ ਨੂੰ ਫੜਨ ਵਿੱਚ ਤੇ ਫਿਰ ਉਹਨਾਂ ਨੂੰ ਆਪਣੇ ਫੈਸਲੇ ਦੀ ਉਡੀਕ ਚ ਆਪਣੇ ਸਾਹਮਣੇ ਖੜੇ ਕਰਕੇ ਆਉਂਦਾ ਸੀ ਇੱਕ ਵਾਰ ਉਹਨੇ ਪਰਾਗ ਦੇ ਕੁਝ ਡਰਾਈਵਰਾਂ ਸਮੇਤ 200 ਬੱਸ ਕੰਡੈਕਟਰਾਂ ਦੇ ਮੋਟਰ ਵਾਲਿਆਂ ਨੂੰ ਵੀ ਫੜ ਲਿਆ ਫਿਰ ਉਹਨਾਂ ਸਾਰਿਆਂ ਨੂੰ ਸੜਕ 'ਤੇ ਖੜਾ ਕਰ ਦਿੱਤਾ ਜਿਸ ਨਾਲ ਰਾਹ ਬੰਦ ਹੋ ਗਿਆ ਤੇ ਆਵਾਜਾਈ ਦੇ ਸਾਰੇ ਪ੍ਰਬੰਧ 'ਚ ਗੜਬੜ ਫੈਲ ਗਈ ਕਿੰਨਾ ਖੁਸ਼ ਹੋਇਆ ਸੀ ਉਹ ਤੇ ਫਿਰ ਉਹਨਾਂ ਚੋਂ 150 ਨੂੰ ਛੱਡਤਾ ਉਹਨੂੰ ਇਹ ਤਸੱਲੀ ਸੀ ਕਿ 150 ਪਰਿਵਾਰ ਉਹਦੀ ਮਿਹਰਬਾਨੀ ਦੀ ਚਰਚਾ ਕਰਨਗੇ ਉਹਦੇ ਗੁਲਾਮ ਆਉਣ ਵਾਲੇ ਕੇਸ ਗੈਰ ਜ਼ਰੂਰੀ ਹੁੰਦੇ ਸਨ ਪਰ ਹੁੰਦੇ ਸਨ ਬੜੇ ਗੁੰਝਲਦਾਰ ਤੇ ਦੂਰ ਦੂਰ ਤੱਕ ਫੈਲੇ ਹੋਏ ਮੈਂ ਇੱਕ ਛੋਟਾ ਸਾ ਮੈਨੂੰ ਤਾਂ ਐਵੇਂ ਇਤਫਾਕ ਨਾਲ ਹੀ ਉਹਨੇ ਫੜ ਲਿਆ ਸੀ ਉਹ ਮੈਨੂੰ ਕਈ ਵਾਰ ਸੱਚੇ ਦਿਲੋਂ ਕਹਿੰਦਾ ਹੁੰਦਾ ਸੀ ਤੂੰ ਮੇਰਾ ਸਭ ਤੋਂ ਵੱਡਾ ਕੇਸ ਹੈ ਉਹਨੂੰ ਬੜਾ ਮਾਨਸਿਕ ਕੇ ਉਹਦਾ ਵੀ ਇੱਕ ਕੇਸ ਸਭ ਤੋਂ ਵੱਧ ਮਹੱਤਤਾ ਵਾਲੇ ਕੇਸਾਂ ਚੋਂ ਸੀ ਹੋ ਸਕਦਾ ਹੈ ਕਿ ਇਸ ਗੱਲ ਨੇ ਹੀ ਮੇਰੀ ਜ਼ਿੰਦਗੀ ਦੀ ਮਿਆਦ ਕੁਝ ਵਧਾ ਦਿੱਤੀ ਹੋਵੇ ਅਸੀਂ ਇੱਕ ਦੂਸਰੇ ਨਾਲ ਲਗਾਤਾਰ ਆਪਣੇ ਪੂਰੇ ਵਿਤ ਅਨੁਸਾਰ ਝੂਠ ਬੋਲਦੇ ਸੀ ਪਰ ਫਰਕ ਨਾਲ ਫਰਕ ਇਹ ਸੀ ਕਿ ਮੈਨੂੰ ਸਿੱਧਾ ਪਤਾ ਲੱਗ ਜਾਂਦਾ ਸੀ ਕਿ ਉਹ ਹੁਣ ਝੂਠ ਬੋਲ ਰਿਹਾ ਪਰ ਉਹ ਮੈਨੂੰ ਅਕਸਰ ਨਹੀਂ ਸੀ ਪਛਾਣ ਸਕਦਾ ਜੇ ਕਿਸੇ ਝੂਠ ਦਾ ਪੋਲ ਖੁੱਲ ਜਾਂਦਾ ਤਾਂ ਸੀ ਉਸ ਗੱਲ ਨੂੰ ਛੱਡ ਦਿੰਦੇ ਸਾਡੇ ਵਿਚਕਾਰ ਜਿਵੇਂ ਚੁੱਪ ਸਮਝੌਤਾ ਹੋ ਜਾਂਦਾ ਸੀ ਕਿ ਇਸ ਗੱਲ ਦਾ ਮੁੱਢ ਜ਼ਿਕਰ ਨਹੀਂ ਕਰਨਾ ਮੈਨੂੰ ਲੱਗਦਾ ਹੈ ਕਿ ਉਹ ਸੱਚਾਈ ਜਾਣਨ ਲਈ ਬਹੁਤ ਉਤਸੁਕ ਨਹੀਂ ਸੀ ਸਿਰਫ ਇਹਸ ਕਰਕੇ ਕਿ ਉਹਦਾ ਸਭ ਤੋਂ ਵੱਡਾ ਕੇਸ ਨਿਰਵਿਗਨ ਰਹੇ ਪੁੱਛਗਿੱਛ ਵੇਲੇ ਉਹ ਸਿਰਫ ਲਾਠੀਆਂ ਤੇ ਲੋਹੇ ਦੇ ਹਥਿਆਰ ਹੀ ਨਹੀਂ ਸੀ ਵਰਤਦਾ ਉਹ ਆਦਮੀ ਬਾਰੇ ਆਪਣੀ ਸਮਝ ਅਨੁਸਾਰ ਧਮਕਾਉਣ ਨਾਲੋਂ ਸਮਝਾਉਣਾ ਵਧੇਰੇ ਪਸੰਦ ਕਰਦਾ ਸੀ। ਉਹਨੇ ਮੈਨੂੰ ਇਹ ਉਸ ਪਹਿਲੀ ਰਾਤ ਤੋਂ ਪਿੱਛੋਂ ਕਦੇ ਤਸੀਹਾ ਨਹੀਂ ਸੀ ਦਿੱਤਾ। ਪਰ ਜੇ ਕਦੇ ਉਹਨੂੰ ਇਹਦੀ ਜ਼ਰੂਰਤ ਪੈਂਦੀ ਤਾਂ ਮੈਨੂੰ ਕਿਸੇ ਹੋਰ ਦੇ ਹਵਾਲੇ ਕਰ ਦਿੰਦਾ। ਉਹ ਯਕੀਨੀ ਤੌਰ ਤੇ ਦੂਸਰੇ ਨਾਲੋਂ ਵੱਧ ਦਿਲਚਸਪ ਤੇ ਗੁੰਝਲਦਾਰ ਆਦਮੀ ਸੀ। ਉਹਦੀ ਕਲਪਨਾ ਸ਼ਕਤੀ ਦੂਜਿਆਂ ਨਾਲੋਂ ਚੰਗੀ ਸੀ। ਉਹ ਇਹਦੀ ਵਰਤੋਂ ਕਰਨੀ ਜਾਣਦਾ ਸੀ। ਅਸੀਂ ਕਲਪਨਾ ਵਿੱਚ ਹੀ ਅਕਸਰ ਬਰਾਨਿਕ ਵਿੱਚ ਮਿਲਦੇ ਜਿੱਥੇ ਬਹਿ ਕੇ ਅਸੀਂ ਬੀਅਰ ਪੀਂਦੇ ਤੇ ਆਉਂਦੇ ਜਾਂਦੇ ਲੋਕਾਂ ਨੂੰ ਤੱਕਦੇ ਉਹਨਾਂ ਬਾਰੇ ਸੋਚਦੇ ਹਾਂ ਉਹ ਕਹਿੰਦਾ ਵੇਖ ਖਸਾ ਤੈਨੂੰ ਫੜ ਲਿਆ ਤੇ ਇਹਨਾਂ ਲਈ ਕੋਈ ਚੀਜ਼ ਵੀ ਨਹੀਂ ਬਦਲੀ ਉਹ ਅੱਜ ਵੀ ਪਹਿਲਾਂ ਵਾਂਗ ਹੀ ਟਹਿਲ ਰਹੇ ਹਨ ਉਹ ਅੱਜ ਵੀ ਪਹਿਲਾਂ ਵਾਂਗ ਹੀ ਮੁਸਕਰਾਉਂਦੇ ਨੇ ਆਪਣੀਆਂ ਮੁਸੀਬਤਾਂ ਬਾਰੇ ਪਰੇਸ਼ਾਨ ਹੁੰਦੇ ਨੇ ਦੁਨੀਆ یوں ਚੱਲ ਰਹੀ ਹੈ ਜਿਵੇਂ ਤੇਰੀ ਕਦੇ ਹੋਣ ਦੀ ਨਹੀਂ ਸੀ ਉਹਨਾਂ ਵਿੱਚੋਂ ਕੁਝ ਤੇਰੇ ਪੁਰਾਣੇ ਪਾਠਕ ਵੀ ਹੋਣਗੇ ਕੀ ਤੇਰਾ ਖਿਆਲ ਹੈ ਕਿ ਉਹਨਾਂ ਚੋਂ ਕਿਸੇ ਦੇ ਵੀ ਚਿਹਰੇ ਤੇ ਤੇਰੀ ਖਾਤਰ ਚਿੰਤਾ ਦਾ ਕੋਈ ਵਟ ਪਿਆ ਹੋਵੇ ਕਦੇ-ਕਦੇ ਉਹ ਸਾਰੇ ਦਿਨ ਦੀ ਪੁੱਛ-ਗਿੱਚ ਪਿੱਛੋਂ ਮੈਨੂੰ ਕਾਰ 'ਚ ਬਿਠਾ ਕੇ ਨੈਰੂਦਾ ਸਟਰੀਟ ਥਾਣੀ ਲੰਘਾ ਕੇ ਕਿਲੇ ਤੱਕ ਲੈ ਜਾਂਦਾ ਤੇ ਕਹਿੰਦਾ ਮੈਨੂੰ ਪਤਾ ਹੈ ਤੈਨੂੰ ਪ੍ਰਾਗ ਨਾਲ ਪਿਆਰ ਹੈ ਵੇਖ ਕਿ ਤੂੰ ਮੁੜ ਕਦੇ ਵੀ ਇੱਥੇ ਨਹੀਂ ਆਉਣਾ ਚਾਹੁੰਦਾ ਪ੍ਰਾਗ ਕਿੰਨਾ ਸੋਹਣਾ ਹੈ ਸੋਹਣਾ ਤੇ ਤੇਰੇ ਤੁਰ ਜਾਣ ਪਿੱਛੋਂ ਵੀ ਇੰਨਾ ਸੋਹਣਾ ਹੀ ਰਹੇਗਾ ਉਹ ਵਰਗਲੌਣ ਵਾਲੇ ਦਾ ਰੋਲ ਬੜੇ ਚੰਗੇ ਤਰ੍ਹਾਂ ਕਰ ਲੈਂਦਾ ਸੀ ਗਰਮੀਆਂ ਦੇ ਅੰਤਲੇ ਦਿਨਾਂ ਦੀ ਸ਼ਾਮ ਵੇਲੇ ਪ੍ਰਾਗ ਉੱਤੇ ਪੱਛੜ ਜਿਹੀ ਪਸਰੀ ਹੋਈ ਸੀ ਇਹਦੀ ਦੇਖ ਅਸਮਾਨੀ ਜੇ ਰੰਗ ਦੀ ਸੀ ਰਸ ਭਰੀ ਅੰਗੂਰ ਵੇਲ ਵਰਗੀ ਤੇ ਧੁੰਦ ਜੀ ਪਸਰੀ ਸੀ ਇਹ ਅੰਗੂਰਾ ਵਾਂਗੀ ਨਸ਼ਿਆ ਰਹੀ ਸੀ ਮੈਂ ਦੁਨੀਆ ਦੇ ਮੁੱਖ ਜਾਣਤੀ ਕਿ ਤੱਕਦਿਆਂ ਰਹਿਣਾ ਚਾਹੁੰਦਾ ਸੀ ਪਰ ਮੈਂ ਵਿੱਚੇ ਹੀ ਉਹਦੀ ਗੱਲ ਟੋਕਦਿਆਂ ਹੋਇਆ ਕਿਆ ਤੇ ਤੁਹਾਡੇ ਜਾਨ ਪਿੱਛੋਂ ਪਰਾਗ ਹੋਰ ਵੀ ਸੋਹਣਾ ਹੋ ਜਾਏਗਾ ਉਹ ਹੱਸਿਆ ਕਮੀਨਗੀ ਨਾਲ ਨਹੀਂ ਸਗੋ ਉਦਾਸੀ ਨਾਲ ਤੇ ਕਿਹਾ ਤੂੰ ਬੜਾ ਸੰਕੀ ਉਸ ਸ਼ਾਮ ਦੀਆਂ ਗੱਲਾਂ ਦਾ ਜ਼ਿਕਰ ਉਹਦੇ ਬਾਅਦ ਵਿੱਚ ਵੀ ਕਈ ਵਾਰ ਕੀਤਾ ਜਦੋਂ ਅਸੀਂ ਇੱਥੇ ਨਹੀਂ ਹੋਵਾਂਗੇ ਤਾਂ ਤੈਨੂੰ ਅਜੇ ਵੀ ਸਾਡੀ ਜਿੱਤ 'ਚ ਵਿਸ਼ਵਾਸ ਨਹੀਂ ਉਹਨੇ ਇਸ ਕਰਕੇ ਪੁੱਛਿਆ ਕਿਉਂਕਿ ਉਹਨੂੰ ਆਪ ਵੀ ਪੱਕਾ ਵਿਸ਼ਵਾਸ ਨਹੀਂ ਸੀ ਜਦੋਂ ਮੈਂ ਸੋਵੀਅਤ ਯੂਨੀਅਨ ਦੀ ਤਾਕਤ ਦੇ ਅਜਿੱਤ ਹੋਂ ਦਾ ਜ਼ਿਕਰ ਕਰਦਾ ਤਾਂ ਬੜੇ ਧਿਆਨ ਨਾਲ ਸੁਣਦਾ ਉਹ ਮੇਰੀਆਂ ਆਖਰੀ ਜਾਂਚ ਪੜਤਾਲਾਂ ਵਿੱਚੋਂ ਇੱਕ ਸੀ ਗੈਲਸ ਦੀ ਚੱਕੀ ਦੂਜੇ ਪਾਸੇ ਵਾਲੀ ਕੋਠੀ ਕੋਲ ਪਤਲੂਣ ਬੰਨਣ ਵਾਲੀ ਗੈਲਸ ਟੰਗੀ ਹੋਈ ਸੀ ਬਿਲਕੁਲ ਆਮ ਆਦਮੀਆਂ ਵਾਲੀ ਗੈਲਸ ਇੱਕ ਅਜਿਹੀ ਚੀਜ਼ ਜੋ ਕਦੀ ਵੀ ਮੈਨੂੰ ਚੰਗੀ ਨਹੀਂ ਸੀ ਲੱਗੀ ਪਰ ਹੁਣ ਜਦੋਂ ਵੀ ਸਾਡੀ ਕੋਠੜੀ ਦਾ ਦਰਵਾਜ਼ਾ ਖੁੱਲਦਾ ਹੈ ਤਾਂ ਮੈਂ ਦੇਖ ਕੇ ਬਹੁਤ ਖੁਸ਼ ਹੁੰਨਾ ਕਿਉਂਕਿ ਮੈਨੂੰ ਉਸ ਵਿੱਚੋਂ ਆਸ਼ਾ ਦੀ ਕਿਰਨ ਦਿਸਦੀ ਹੈ ਗ੍ਰਿਫਤਾਰ ਕਰਨ ਤੋਂ ਪਿੱਛੋਂ ਤੁਹਾਨੂੰ ਭਾਵੇਂ ਮਾਰ-ਮਾਰ ਕੇ ਅੱਧ ਮੋਇਆ ਕਰ ਦੇਣ ਜਾਂ ਮਾਰ ਹੀ ਦੇਣ ਪਰ ਉਸ ਸਦਾ ਹੀ ਪਹਿਲਾਂ ਤੁਹਾਡੀ ਨਕਟਾਈ ਪੇਟੀ ਤੇ ਗੈਲਸ ਆਦਲਾ ਲੈਂਦੇ ਹਨ ਤਾਂ ਜੋ ਤੁਸੀਂ ਕਿਤੇ ਖੁਦ ਫਾਹਾ ਲੈ ਕੇ ਨਾ ਮਰ ਜਾਓ ਹਾਲਾਂਕਿ ਆਪਣੇ ਤੌਲੀਏ ਨਾਲ ਵੀ ਬੜੀ ਅਸਾਨੀ ਨਾਲ ਫਹਾਲਿਆ ਜਾ ਸਕਦਾ ਹੈ ਮੌਤ ਦੇ ਸਾਰੇ ਖਤਰਨਾਕ ਜਰੀਏ ਉਸ ਸਮੇਂ ਤੱਕ ਜੇਲ੍ਹ ਦੇ ਦਫ਼ਤਰ 'ਚ ਪਈ ਰਹਿੰਦੇ ਹਨ ਜਦ ਤੱਕ ਕਿ ਗੈਸਟ ਅਪੋ ਦੀ ਛੋਟੀ ਮੋਟੀ ਅਦਾਲਤ ਤੁਹਾਨੂੰ ਹੋਰ ਕਿਤੇ ਭੇਜਣ ਮਜ਼ਦੂਰੀ ਕਰਨ ਕਿਸੇ ਕੰਸੈਂਟਰੇਸ਼ਨ ਕੈਂਪ ਜਾਂ ਫਾਂਸੀ ਲਾਉਣ ਲਈ ਭੇਜਣ ਦਾ ਫੈਸਲਾ ਨਹੀਂ ਕਰਦੀ ਉਹ ਤੁਹਾਨੂੰ ਸਰਕਾਰੀ ਤੌਰ ਤੇ ਤੁਹਾਡੀਆਂ ਚੀਜ਼ਾਂ ਮੋੜ ਦਿੰਦੇ ਹਨ ਪਰ ਤੁਸੀਂ ਆਪਣੇ ਨਾਲ ਜਾਂ ਕੋਠੀ ਦੇ ਦਰਵਾਜ਼ੇ ਅੰਦਰ ਨਹੀਂ ਲੈ ਜਾ ਸਕਦੇ ਤੁਹਾਨੂੰ ਉਹਨਾਂ ਚੀਜ਼ਾਂ ਨੂੰ ਕੋਠੜੀ ਦੇ ਦਰਵਾਜ਼ੇ ਦੇ ਬਾਹਰ-ਬਾਰ ਜਾਂ ਸਾਹਮਣੇ ਵਾਲੇ ਜੰਗਲੇ 'ਤੇ ਲਟਕਾ ਕੇ ਰੱਖਣਾ ਪੈਂਦਾ ਹੈ ਤੇ ਜਦ ਤੱਕ ਤੁਸੀਂ ਚਲੇ ਨਹੀਂ ਜਾਂਦੇ ਇਹ ਚੀਜ਼ਾਂ ਇਸ ਗੱਲ ਦੇ ਸਬੂਤ ਵਜੋਂ ਉੱਥੇ ਲਟਕਦੀਆਂ ਰਹਿੰਦੀਆਂ ਕਿ ਉਸ ਕੋਠੜੀ ਦਾ ਕੋਈ ਵਾਸੀ ਹਨ ਚਾਹੇ ਸਫ਼ਰ ਦੀ ਤਿਆਰੀ ਕਰ ਰਿਹਾ ਹੈ ਜਿਸ ਦਿਨ ਮੈਨੂੰ ਗੁਸਥੀਨਾ ਨਾਲ ਵਾਪਰਨ ਵਾਲੀ ਹੋਣੀ ਦਾ ਪਤਾ ਲੱਗਾ ਆਪਣੇ ਸਾਹਮਣੇ ਵਾਲੀ ਕੋਠੀ ਤੇ ਗੱਲਸ ਲਟਕਦੀ ਵੇਖੀ ਮੇਰੀ ਕੋਠੀ ਦੇ ਸਾਹਮਣੇ ਰਹਿਣ ਵਾਲਾ ਸਾਥੀ ਵੀ ਗੁਸਤੀ ਨਾ ਵਾਲੀ ਗੱਡੀ ਵਿੱਚ ਹੀ ਮਜ਼ਦੂਰੀ ਕਰਨ ਲਈ ਭੇਜਿਆ ਜਾ ਰਿਹਾ ਸੀ ਉਹਨਾਂ ਦੀ ਟੋਲੀ ਅਜੇ ਗਈ ਨਹੀਂ ਸੀ ਅਚਾਨਕ ਉਹਨਾਂ ਦਾ ਜਾਣਾ ਮੁਲਤਵੀ ਕਰਤਾ ਗਿਆ ਕਿਉਂਕਿ ਜਿੱਥੇ ਉਹਨਾਂ ਨੂੰ ਭੇਜਿਆ ਜਾ ਰਿਹਾ ਸੀ ਉਹ ਥਾਂ ਬੰਬਾਰੀ ਕਰਨ ਤਬਾਹ ਹੋ ਗਈ ਸੀ ਇਹ ਇੱਕ ਹੋਰ ਚੰਗਾ ਸ਼ਗਨ ਹੈ ਕਿਸੇ ਨੂੰ ਕੋਈ ਪਤਾ ਨਹੀਂ ਉਹ ਕਦੋਂ ਜਾਣਗੇ ਇਸ ਸ਼ਾਮ ਸ਼ਾਇਦ ਭਲਕ ਨੂੰ ਜਾਂ ਸ਼ਾਇਦ ਇੱਕ ਹਫ਼ਤੇ ਪਿੱਛੋਂ ਜਾਂ ਦੋ ਹਫ਼ਤੇ ਪਿੱਛੋਂ ਸਾਹਮਣੇ ਗੈਲਸ ਸਜੇ ਵੀ ਲਟਕ ਰਹੀ ਏ ਤੇ ਮੈਨੂੰ ਪਤਾ ਹੈ ਜਦੋਂ ਤੱਕ ਇਹ ਮੈਨੂੰ ਉੱਥੇ ਦਿਸਦੀ ਏ ਉਦੋਂ ਤੱਕ ਗੁਸਤਿਨਾ ਇੱਥੇ ਪਹਰਾਗ ਚੀਏ ਮੈਂ ਇਸ ਗੈਲਸ ਨੂੰ ਖੁਸ਼ੀ ਤੇ ਪਿਆਰ ਨਾਲ ਵੇਖਦਾ ਜਿਵੇਂ ਗੁਸਤਿਨਾ ਦੀ ਕੋਈ ਮਦਦਗਾਰ ਹੋਵੇ ਇਹ ਉਹਨੂੰ 1 2 3 ਦਿਨ ਸਾਹ ਲੈਣ ਦੇਣ ਰਹੀ ਏ ਕਿਸੇ ਨੂੰ ਕੀ ਪਤਾ ਹੈ ਇਹਨਾਂ ਕੁਝ ਦਿਨਾਂ 'ਚ ਕੀ ਦਾ ਕੀ ਹੋ ਜਾਏ ਸ਼ਾਇਦ ਇਹਨਾਂ ਦਿਨਾਂ 'ਚ ਕੋਈ ਉਹਦੀ ਬੰਦ ਖਲਾਸੀ ਦੀ ਘੜੀ ਲੈ ਆਵੇ ਇਹ ਹੈ ਢੰਗ ਸਾਡੇ ਜਿਉਂਦਾ ਪਿਛਲਾ ਸਾਲ ਪਿਛਲਾ ਮਹੀਨਾ ਅੱਜ ਸਾਡੀਆਂ ਅੱਖਾਂ ਸਦਾ ਭਲਕ ਤੇ ਟਿਕੀਆਂ ਹੋਈਆਂ ਹਨ ਜਿਸਚ ਆਸ਼ਾ ਡਲਕਦੀ ਹੈ ਤੁਹਾਡੀ ਹੋਣੀ ਤੇ ਸ਼ਾਇਦ ਮੂਰ ਲੱਗ ਜਾਏ ਤੁਹਾਨੂੰ ਪਰਸੋਂ ਨੂੰ ਗੋਲੀ ਮਾਰ ਦਿੱਤੀ ਜਾਣੀ ਹੈ ਭਲਕ ਤੱਕ ਜਿਓ ਸ਼ਾਇਦ ਇਹ ਭਲਕ ਸਭ ਕੁਝ ਬਦਲ ਦੇਵੇ ਚੀਜ਼ਾਂ ਇੰਨੀਆਂ ਅਸਥਿਰ ਹਨ ਕੋਈ ਕੁਝ ਨਹੀਂ ਕਹਿ ਸਕਦਾ ਕਿ ਭਲਕ ਨੂੰ ਕੀ ਹੋਏਗਾ ਭਲਕ ਬੀਤ ਜਾਂਦੀ ਹੈ ਹਜ਼ਾਰਾਂ ਡਿੱਗ ਪੈਂਦੇ ਨੇ ਉਹਨਾਂ ਲਈ ਕੋਈ ਭਲਕ ਨਹੀਂ ਰਹਿ ਜਾਂਦੀ ਪਰ ਜਿਉਨ ਵਾਲੇ ਆ ਟੱਲਾਸ ਨਾਲ ਜਿਉਂਦੇ ਰਹਿੰਦੇ ਹਨ ਕਿਸੇ ਨੂੰ ਕੀ ਪਤਾ ਕੱਲ ਨੂੰ ਕੀ ਹੋ ਜਾਣਾ ਹੈ ਇਸ ਮਾਨਸਿਕ ਅਵਸਥਾ ਵਿੱਚੋਂ ਬੇਸਿਰ ਪੈਰ ਅਫਵਾਹਾਂ ਨਿਕਲਦੀਆਂ ਹਨ ਹਰ ਹਫਤੇ ਜੰਗ ਦੇ ਖਤਮ ਹੋਣ ਬਾਰੇ ਕੋਈ ਨਾ ਕੋਈ ਸਵਾਦਲੀ ਕਹਾਣੀ ਸੁਣ ਲਈਦੀ ਹੈ ਜੋ ਹਰ ਆਦਮੀ ਇੱਕ ਦੂਸਰੇ ਕੋਲ ਵਿਸ਼ਾਲ ਮੁਸਕਰਾਟ ਨਾਲ ਦौराਂਦਾ ਹੈ ਹਰ ਹਫਤੇ ਪੰਕਰਤਸ ਦੇ ਕੰਨੀ ਕੋਈ ਸਨਸਨੀਖੇਜ ਖਬਰ ਪਾ ਜਾਂਦਾ ਹੈ ਜਿਸਤੇ ਅਸੀਂ ਝੱਟ ਵਿਸ਼ਵਾਸ ਕਰ ਲੈਨੇ ਆ ਤੁਹਾਨੂੰ ਇਹੋ ਜੀਆਂ ਗੱਲਾਂ 'ਚ ਵਿਸ਼ਵਾਸ ਕਰਨ ਵਿਰੁੱਧ ਸੰਘਰਸ਼ ਕਰਨਾ ਪੈਂਦਾ ਹੈ ਤੁਹਾਨੂੰ ਫੋਕੀਆਂ ਆਸ਼ਾਵਾਂ ਦਬਾਉਣੀਆਂ ਪੈਂਦੀਆਂ ਕਿਉਂਕਿ ਇਹ ਤੁਹਾਨੂੰ اخلاقی ਤਾਕਤ ਨਹੀਂ ਦਿੰਦੀਆਂ ਸਗੋਂ ਅਖੀਰ 'ਚ ਕਮਜ਼ੋਰ ਕਰਦੀਆਂ ਹਨ ਆਸ਼ਾਵਾਦ ਝੂਠੀਆਂ ਆਵਾਜ਼ਾਂ ਦੇ ਆਧਾਰ 'ਤੇ ਨਹੀਂ ਪਲ ਸਕਦਾ ਤੇ ਨਾ ਹੀ ਪਾਲਣ ਦਾ ਯਤਨ ਕਰਨਾ ਚਾਹੀਦਾ ਸਗੋਂ ਸੱਚਾਈ 'ਤੇ ਪਲ ਸਕਦਾ ਹੈ ਜੋ ਇਹ ਸਾਫ਼-ਸਾਫ਼ ਦਿਖਾਵੇ ਕਿ ਅਸਲ 'ਚ ਜੰਗ ਕਿਸੇ ਤਰੀਕੇ ਨਾਲ ਮੁੱਕ ਸਕਦੀ ਹੈ ਸੱਚਾਈ 'ਚ ਮੁੱਢਲਾ ਵਿਸ਼ਵਾਸ ਤਾਂ ਆਦਮੀ ਦੇ ਅੰਦਰ ਹੀ ਹੁੰਦਾ ਹੈ ਇਹੀ ਵਿਸ਼ਵਾਸ ਇੱਕ ਦਿਨ ਫੈਸਲਾਕੁਨ ਸਾਬਤ ਹੋਏਗਾ ਤੇ ਸ਼ਾਇਦ ਉਹ ਦਿਨ ਉਹੀ ਹੋਵੇ ਜੋ ਤੁਹਾਨੂੰ ਉਸ ਜ਼ਿੰਦਗੀ ਜੋ ਛੱਡਣੀ ਤੁਹਾਨੂੰ ਬੁਰੀ ਲੱਗਦੀ ਹੈ ਤੇ ਮੌਤ ਜੋ ਤੁਹਾਨੂੰ ਚੁਣੌਤੀ ਦੇ ਰਹੀ ਹੈ ਵਿਚਾਰ ਲਈ ਸੀਮਾ ਤੋਂ ਝੁੱਕ ਕੇ ਪਾਰ ਲੈ ਜਾਵੇ ਆਦਮੀ ਦੀ ਜ਼ਿੰਦਗੀ 'ਚ ਕੋਈ ਬਹੁਤੇ ਦਿਨ ਨਹੀਂ ਹੁੰਦੇ ਤੇ ਫਿਰ ਵੀ ਤੁਸੀਂ ਚਾਹਦੇ ਹੋ ਕਿ ਇਹ ਛੇਤੀ ਹੋਰ ਛੇਤੀ ਤੇ ਜਿੰਨੀ ਛੇਤੀ ਹੋ ਸਕੇ ਬੀਤ ਜਾਣ ਦੌੜ ਦਾ ਸਮਾਂ ਕਿਸੇ ਦੀ ਗੱਲ ਨਾ ਸੁਣਦਾ ਸਮਾਂ ਜੋ ਬੂੰਦ-ਬੂੰਦ ਕਰਕੇ ਆਦਮੀ ਦੀ ਜੀਵਨ ਰੱਤ ਮੁਕਾ ਦਿੰਦਾ ਹੈ ਇੱਥੇ ਤੁਹਾਡਾ ਸਭ ਤੋਂ ਵੱਡਾ ਦੋਸਤ ਬਣ ਜਾਂਦਾ ਹੈ ਕਿੰਨੀ ਅਜੀਬ ਗੱਲ ਹੈ ਆਉਣ ਵਾਲੀ ਭਲਕ ਬੀਤੀ ਕੱਲ ਬਣ ਗਈ ਹੈ ਭਵਿੱਖ ਦਾ ਪਰਸੋਂ ਅੱਜ ਬਣ ਜਾਂਦਾ ਤੇ ਬੀਤ ਜਾਂਦਾ ਹੈ ਗੈਲਸ ਅਜੇ ਵੀ ਸਾਹਮਣੇ ਵਾਲੀ ਕੋਠੜੀ ਦੇ ਬੋਹੇ ਨਾਲ ਲਟਕ ਰਹੀ ਹੈ ਧੰਨਵਾਦ